ਜਸ ਪੰਜਾਬੀ ਦੇ ਸੂਝਵਾਨ ਦਰਸ਼ਕਾਂ ਦਾ ਜਨਤਾ ਦੀ ਆਵਾਜ਼ ਤੇ ਇਸ એપisode ਵਿੱਚ ਨਿੱਘਾ ਸਵਾਗਤ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਦੋਂ ਵਾਰ ਸ੍ਰੀ ਪਗੋਤੀ ਦੀ ਰਚਨਾ ਕੀਤੀ ਤਾਂ ਉਸ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜ਼ਿਕਰ ਕਰਦੇ ਆ ਉਹਨਾਂ ਨੇ ਇੱਕ ਬਾਣੀ ਰਚੀ ਇੱਕ ਬਹਾਦਰ ਸਿਮਰੀਏ ਕਰਨਾਉ ਨੇ ਦੇ ਆਵੇ ਤਾਏ ਸਭ ਥਾਈ ਹੋਏ ਸਹਾਏ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਅੱਜ ਸ਼ਹੀਦੀ ਦਿਵਸ ਹੈ ਉਹਨਾਂ ਦੀ ਪਾਵਨ ਸ਼ਹਾਦਤ ਦੁਨੀਆ ਦੇ ਇਤਿਹਾਸ ਵਿੱਚ ਐਸੀ ਕੋਈ ਮਿਸਾਲ ਨਹੀਂ ਮਿਲਦੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ ਮਿਸਾਲ ਉਨ੍ਹਾਂ ਦੀ ਸ਼ਹਾਦਤ ਦਾ ਕੋਈ ਸਾਨੀ ਪੂਰੀ ਦੁਨੀਆ ਦੇ ਇਤਿਹਾਸ ਵਿੱਚ ਨਹੀਂ ਹੈ ਆਪਣੇ عقیده ਆਪਣੇ ਵਿਸ਼ਵਾਸ ਆਪਣੇ ਹੱਕ ਆਪਣੇ ਫਰਜ਼ ਦੀ ਰਾਖੀ ਲਈ ਮਹਾਨ ਕੁਰਬਾਨੀਆਂ ਦੁਨੀਆ ਦੇ ਵਿੱਚ ਹੋਈਆਂ ਹਨ ਪਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਇੱਕ ਐਸੀ ਸ਼ਹਾਦਤ ਹੈ ਇੱਕ ਐਸੇ ਵਿਸ਼ਵਾਸ ਦੀ ਸ਼ਹਾਦਤ ਹੈ ਇਸੇ ਦੂਸਰੇ ਦੇ ਧਰਮ ਦੀ ਖਾਤਰ ਉਹਨਾਂ ਦੇ ਵਿਸ਼ਵਾਸ ਉਹਨਾਂ ਦੇ ਧਾਰਮਿਕ ਚਿੰਨ੍ਹਾਂ ਦੀ ਖਾਤਰ ਇਹ ਸ਼ਹਾਦਤ ਦੇ ਦੇਣੀ ਇਹ ਅਦੁੱਤੀ ਸ਼ਹਾਦਤ ਹੈ ਇਸ ਦਾ ਜ਼ਿਕਰ ਗੁਰੂ ਕਲਗੀ ਤਰਪਤਾ ਨੇ ਖੁਦ ਕੀਤਾ ਤਿਲਕ ਜੰਜੂ ਰਾਖਾ ਪ੍ਰਵ ਤਾਂਕਾ ਕੀਨੋ ਵੱਡੋ ਕਲੂ ਮੈ ਸਾਕਾ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂ ਆਨ ਔਰ ਕਿਹਾ ਤੇਗ ਬਹਾਦਰ ਕੇ ਚਲਤ ਭयो जगत को शोक है 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 सब जग भयो जय 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 सुरलोक ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਉਹਦੇ ਕਾਰਨ ਔਰ ਉਸ ਦਾ ਅਸਰ ਕੀ ਹੋਇਆ ਔਰ ਇਹਦੇ ਪਿੱਛੇ ਕਿਹੜੇ ਸਿਧਾਂਤਕ ਪੱਖ ਸਨ ਇਸ ਦੀ ਮਹੱਤਤਾ ਕੀ ਸੀ ਇਸ ਦੀ ਅਹਿਮੀਅਤ ਕੀ ਸੀ ਇਹਨਾਂ ਸਾਰੇ ਪੱਖਾਂ ਨੂੰ ਬਹੁਤ ਸੰਖੇਪ ਵਿੱਚ ਦਿੱਤੇ ਹੋਏ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਇਤਿਹਾਸ ਦੇ ਨਾਲ ਆਪਣੇ ਕਦਮ ਰੱਖਾਂਗੇ ਔਰ ਜਿਸ ਤਰ੍ਹਾਂ ਪ੍ਰੋਗਰਾਮ ਹੁੰਦਾ ਹੈ ਅਸੀਂ ਕੁਝ ਤਸਵੀਰਾਂ ਰਾਹੀਂ ਉਸ ਵਿਰਾਸਤ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਪਰ ਇਸ ਦੇ ਬਾਅਦ ਅਸੀਂ ਆਪਦੀਆਂ ਕਾਲਸ ਵੀ ਲਵਾਂਗੇ ਤਾਂ ਕਿ ਇਹ ਪ੍ਰੋਗਰਾਮ ਤੁਹਾਡਾ ਆਪਣਾ ਜਨਤਾ ਦੀ ਆਵਾਜ਼ ਬਣ ਸਕੇ ਜਸ ਪੰਜਾਬੀ ਦਾ ਜੋ ਮਕਸਦ ਸੀ ਜਿਸ ਧਾਰਮਿਕ ਆਜ਼ਾਦੀ ਦੀ ਖਾਤਰ ਜੋ ਹਰ ਧਰਮ ਦੀ ਬਰਾਬਰੀ ਉਹਨਾਂ ਦੇ ਹਕੂਕ ਦੀ ਖਾਤਰ ਜੋ ਮਹਾਨ ਸ਼ਹਾਦਤ ਹੋਈ ਜਿਹੜਾ ਸੰਦੇਸ਼ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਉਹ ਪੈਗਾਮ ਦਿੱਤਾ ਬਾਅਦ ਵਿੱਚ ਭਾਵੇਂ ਆਲਮੀ ਸੰਸਥਾਵਾਂ ਨੇ ਯੂਨੋ ਨੇ ਜਾਂ ਹੋਰ ਸੰਸਥਾਵਾਂ ਨੇ ਵੀ ਉਸ ਨੂੰ ਆਪਣਾ ਚਾਰਟਰ ਬਣਾਇਆ ਪਰ ਗੁਰੂ ਸਾਹਿਬ ਨੇ ਇਹ ਜੋ ਪੁਰਨੇ ਪਾਏ ਇੱਕ ਮਹਾਨ ਵਿਰਾਸਤ ਹੈ ਔਰ ਪੂਰੀ ਕੌਮ ਲਈ ਇੱਕ ਫਖਰ ਦੀ ਗੱਲ ਹੈ ਕਿ ਸਾਬਾ ਨੇ ਆਪਣੀ ਜਾਨ ਦੇ ਕੇ ਆਪਣੀ ਕੁਰਬਾਨੀ ਦੇ ਕੇ ਇਸ ਚੀਜ਼ ਨੂੰ ਕਾਇਮ ਕੀਤਾ ਪਰ ਅਸੀਂ ਇਸ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਇਸ ਦੇ ਕੁਝ ਗੂੜ ਰਹਸ ਔਰ ਕੁਝ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਉਹ ਕਿਹੜੇ ਕਾਰਨ ਸਨ ਔਰ ਉਹ ਕਿਹੜੇ ਸਿਧਾਂਤ ਸਨ ਤਿੰਨ ਲਫ਼ਜ਼ ਵਰਤੇ ਜਾਂਦੇ ਹਨ ਇਤਿਹਾਸ ਵਿੱਚ ਇੱਕ ਸ਼ਹੀਦ ਹੈ ਇੱਕ ਗਾਜ਼ੀ ਹੈ ਇੱਕ ਮੂਜ਼ੀ ਹੈ ਮੂਜ਼ੀ ਉਹ ਹੈ ਜੋ ਮੈਦਾਨ-ਏ-ਜੰਗ ਦੇ ਵਿੱਚੋਂ ਭੱਜ ਕੇ ਵਾਪਸ ਆ ਜਾਏ ਉਸ ਨੂੰ ਮੂਜ਼ੀ ਕਿਹਾ ਜਾਂਦਾ ਹੈ ਸ਼ਹੀਦ ਉਹ ਹੈ ਜੋ ਕਿ ਆਪਣੀ ਜਾਨ ਦੀ ਬਾਜ਼ੀ ਲਾ ਦੇ ਆਪਣੀ ਜਾਨ ਨੂੰ ਕੁਰਬਾਨ ਕਰ ਦੇਵੇ ਪਰ ਬੁੱਲੇ ਸ਼ਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਦਾ ਜ਼ਿਕਰ ਕਰਦਿਆਂ ਹੋਇਆ ਨਾ ਤਾਂ ਉਹਨਾਂ ਨੂੰ ਸ਼ਹੀਦ ਨਹੀਂ ਕਹਿੰਦਾ ਸਤਗੁਰਾਂ ਨੂੰ ਉਹ ਸ਼ਹੀਦ ਨਹੀਂ ਕਹਿ ਰਿਹਾ ਉਹ ਤੀਸਰਾ ਇੱਕ ਹੋਰ ਲਫ਼ਜ਼ ਵਰਤ ਰਿਹਾ ਹੈ ਉਹ ਲਫ਼ਜ਼ ਹੁੰਦਾ ਹੈ ਗਾਜ਼ੀ ਗਾਜ਼ੀ ਉਸ ਲਫ਼ਜ਼ ਨੂੰ ਕਿਹਾ ਜਾਂਦਾ ਹੈ ਜੋ ਮੈਦਾਨ-ਏ-ਜੰਗ ਦੇ ਵਿੱਚੋਂ ਜ਼ਿੰਦਾ ਵਾਪਸ ਆ ਜਾਏ ਬੁੱਲੇ ਸ਼ਾ ਜਦੋਂ ਸਾਬਾ ਦੀ ਸ਼ਹਾਦਤ ਦਾ ਜ਼ਿਕਰ ਕਰਦਾ ਹੈ ਤਾਂ ਉਹ ਕਹਿ ਰਿਹਾ ਹੈ ਕਹੋ ਤੇਗ ਬਹਾਦਰ ਗਾਜ਼ੀ ਹੋ ਕਹੋ ਮੈਂਬਰ ਤੇ ਬਹਿਰਾਜ਼ੀ ਹੋ ਗੁਰੂ ਤੇਗ ਬਹਾਦਰ ਸਾਹਿਬ ਗਾਜ਼ੀ ਹਨ ਉਹ ਸ਼ਹੀਦ ਨਹੀਂ ਹਨ ਉਹ ਗਾਜ਼ੀ ਹਨ ਉਹ ਅੱਜ ਵੀ ਮੌਜੂਦ ਹਨ ਅਗਰ ਗੁਰਤੇਗ ਬਹਾਦਰ ਸਾਹਿਬ ਦੇ ਸਮੇਂ ਉਹਨਾਂ ਦੀ ਸ਼ਹਾਦਤ ਦੇ ਸਮੇਂ ਅਗਰ ਬੁੱਲੇ ਸ਼ਾ ਉਹਨਾਂ ਨੂੰ ਗਾਜ਼ੀ ਕਹਿ ਰਿਹਾ ਹੈ ਅਗਰ ਗੁਰਤੇਗ ਬਹਾਦਰ ਸਾਹਿਬ ਦੇ ਸਮੇਂ ਅਗਰ ਪਾਈ ਮੱਖਣシャ ਲੁਬਾਣੇ ਦੀ ਅਰਦਾਸ ਕਬੂਲ ਹੁੰਦੀ ਹੈ ਉਸ ਦੀ ਅਰਦਾਸ ਪਰਵਾਨ ਚੜਦੀ ਹੈ ਤਾਂ ਫਿਰ ਕੀ ਵਜ੍ਹਾ ਹੈ ਕਿ ਸਾਹਿਬਾਂ ਦੀ ਬਖਸ਼ੀ ਹੋਈ ਅਰਦਾਸ ਤੇਗ ਬਹਾਦਰ ਸਿਮਰੀਏ ਕਰਨੋਂ ਨਿਦੇ ਆਵੇ ਤਾਏ ਸਭ ਥਾਈ ਹੋਏ ਸਹਾਏ ਪਰਵਾਨ ਨਾ ਚੜੇ ਅੱਜ ਅਸੀਂ ਵੀ ਅਰਦਾਸ ਕਰਦੇ ਹਾਂ ਤੇਗ ਬਹਾਦਰ ਸਿਮਰੀਏ ਦੀ ਗੁਰੂ ਸਾਹਿਬ ਦੀ ਸ਼ਹਾਦਤ ਦਾ ਕਾਰਨ ਜੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖੁਦ ਆਪਣੀ ਕਲਮ ਨਾਲ ਅਲੰਕਿਤ ਕੀਤਾ ਕੋਈ ਭੁਲੇਖਾ ਨਹੀਂ ਕੋਈ ਦੁਬਦਾ ਨਹੀਂ ਕੋਈ ਸ਼ੰਕਾ ਨਹੀਂ ਤਿਲਕ ਜੰਜੂ ਰਾਖਾ ਪ੍ਰਵ ਤਾਂਕਾ ਤਾਂਕਾ ਦਾ ਅਰਥ ਹੁੰਦਾ ਹੈ ਉਹਨਾਂ ਦਾ ਹਾਲਾਂਕਿ ਰਹਿਤ ਨਾਮਿਆਂ ਦੇ ਵਿੱਚ ਬਹੁਤ ਸਪਸ਼ਟ ਲਿਖਿਆ ਹੈ ਕਿ ਸਿੱਖ ਹੋ ਕੇ ਕਿਸੇ ਵੀ ਤਾਗੇ ਤਵੀਜ਼ ਜਾਂ ਹੋਰ ਕਿਸੇ ਚੀਜ਼ ਨੂੰ ਨਹੀਂ ਮੰਨਣਾ ਹਜ਼ੂਰ ਨੇ ਹੁਕਮ ਕੀਤਾ ਹੈ ਜੋ ਸਿੱਖ ਗੱਲ ਮੇ ਤਾਗਾ ਮੇਲੇ ਚੌਪੜ ਬਾਜੀ ਗਨ ਕਾ ਖੇਲੇ ਜਨਮ ਸਵਾਨ ਪਾਵੇਗਾ ਕੋਟ ਬੀਜੋ ਹਾਥ ਬੁਰਾ ਇਸ ਖੋਟ ਪਾਗ ਉਤਾਰ ਪ੍ਰਸ਼ਾਦ ਜੋ ਪਾਵੇ ਸੋ ਸੇ ਕੁੰਭੀ ਨਰਕ ਸਿਧਾਵੇ ਪਰ ਦੂਸਰੇ ਪਾਸੇ ਤਿਲਕ ਦੀ ਖਾਤਰ ਔਰ ਜਲੇਉ ਦੀ ਖਾਤਰ ਗੁਰੂ ਸਾਹਿਬ ਸ਼ਹਾਦਤ ਦੇ ਰਹੇ ਹਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਉਹ ਵੀ 9 ਸਾਲ ਦੇ ਸਨ ਜਦੋਂ ਉਹਨਾਂ ਦਾ ਵੀ ਯੱਗਿਓ ਪਵਿੱਤ ਹੋਣਾ ਸੀ ਯੱਗਿਓ ਪਵਿੱਤ ਦੁਇਜ ਜਨਮ ਮੰਨਿਆ ਜਾਂਦਾ ਹੈ ਇਹ ਦੂਸਰਾ ਜਨਮ ਹੋਣਾ ਮੰਨਿਆ ਜਾਂਦਾ ਹੈ ਸ਼ਾਸਤਰਾਂ ਦੇ ਮੁਤਾਬਕ ਗੁਰੂ ਸਾਹਿਬ ਦੀ ਕੁਲ ਦੀ ਰੀਤੀ ਦੇ ਮੁਤਾਬਕ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਵੀ ਉਹ ਜਨੇਊ ਪਾਣਾ ਸੀ ਉਸ ਜੰਜੂ ਦੇ ਪਾਣ ਦੀ ਰਸਮ ਹੋਣੀ ਸੀ ਤਾਂ ਕਰ ਦੇ ਵਿੱਚ ਸ਼ਾਦੀ ਦਾ ਖੁਸ਼ੀ ਦਾ ਉਹ ਮਾਹੌਲ ਸੀ ਬਰਾਦਰੀ ਇਕੱਠੀ ਹੋ ਗਈ ਲੋਕ ਇਕੱਠੇ ਹੋ ਗਏ ਬ੍ਰਾਹਮਣ ਆ ਗਏ ਵੇਦੀ ਲੱਗ ਗਈ ਸਾਰਾ ਕੁਝ ਜਦੋਂ ਹੋ ਗਿਆ ਤਾਂ ਉਸ ਵੇਲੇ ਅਖੀਰ ਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪੰਡਤ ਹਰੀਦੇਵਾਲ ਦਾ ਹੱਥ ਫੜ ਲਿਆ ਉਹ ਕਹਿਣ ਲੱਗੇ ਇਹ ਕੀ ਹੈ ਉਹ ਕਹਿਣ ਲੱਗੇ ਇਹ ਬੰਧਨ ਹੈ ਪੰਡਤ ਜੀ ਨੇ ਕਿਹਾ ਇਹ ਬੰਧਨ ਹੈ ਹਜ਼ੂਰ ਕਹਿਣ ਲੱਗੇ ਕੀ ਤੁਹਾਡੀਆਂ ਅੱਖਾਂ 'ਚ ਬੰਧਨ ਹੈ ਤੁਹਾਡੇ ਹੱਥਾਂ 'ਚ ਬੰਧਨ ਹੈ ਤੁਹਾਡੇ ਪੈਰਾਂ 'ਚ ਬੰਧਨ ਹੈ ਉਹਨਾਂ ਨੇ ਇਹ ਨਹੀਂ ਕਿਹਾ ਕਿ ਇਹ ਚਿੰਨ੍ਹ ਮਾੜਾ ਹੈ ਉਹਨਾਂ ਨੇ ਕਿਹਾ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਗ ਹਜ਼ੂਰ ਨੇ ਉਸ ਜਨੇਊ ਨੂੰ ਪਾਣ ਤੋਂ ਇਨਕਾਰ ਕਰ ਦਿੱਤਾ ਪਰ ਨਾਲ ਹੀ ਇਹ ਵੀ ਜਿਸ ਵੇਲੇ ਗੁਰਤੇਗ ਪਹਾਦਰ ਸਾਹਿਬ ਦੇ ਸਮੇਂ ਉਹਨਾਂ ਦੇ ਅਕੀਦੇ ਉਹਨਾਂ ਦੇ ਉਸ ਧਾਰਮਿਕ ਚਿੰਨ੍ਹ ਦੇ ਪਾਣ ਦੇ ਉੱਤੇ ਜਦੋਂ ਸਰਕਾਰ ਹਮਲਾਵਰ ਹੋਈ ਜਦੋਂ ਔਰੰਗਜ਼ੇਬ ਵੱਲੋਂ ਸਵਾ ਸਵਾ ਮਣ ਜੰਜੂ ਲਾਣੇ ਸ਼ੁਰੂ ਹੋਏ ਤਾ ਗੁਰੂ ਸਾਹਿਬ ਦੇ ਕੋਲ ਜਦੋਂ ਉਹ ਕਸ਼ਮੀਰ ਦੇ ਬ੍ਰਾਹਮਣ ਫਰਿਆਦੀ ਹੋ ਕੇ ਆਏ ਤਾਂ ਗੁਰੂ ਸਾਹਿਬ ਨੇ ਜੇ ਧਰਮ ਦੀ ਰਾਖੀ ਸੀ ਜੋ ਧਰਮ ਦਾ ਚਿੰਨ ਸੀ ਜੋ ਧਾਰਮਿਕ ਆਜ਼ਾਦੀ ਸੀ ਉਸ ਦੇ ਲਈ ਹਜ਼ੂਰ ਨੇ ਆਪਣੀ ਜਾਨ ਤੱਕ ਕੁਰਬਾਨ ਕਰਨ ਦੀ ਪੇਸ਼ਕਸ਼ ਕਰ ਦਿੱਤੀ ਜਦੋਂ ਉਹਨਾਂ ਨੇ ਕਿਹਾ ਕਿ ਧਰਮ ਦੀ ਖਾਤਰ ਹੁਣ ਕਿਸੇ ਨੂੰ ਸ਼ਹਾਦਤ ਦੇਣੀ ਪੈਣੀ ਹੈ ਤਾਂ ਬਾਲ ਗੋਬਿੰਦ ਰਾਏ ਜੀ ਉਸ ਵੇਲੇ ਉਹਨਾਂ ਨੇ ਕਿਹਾ ਪਿਤਾ ਗੁਰੂ ਨੂੰ ਕਿਹਾ ਕਿ ਤੁਹਾਡੇ ਤੋਂ ਵੱਡੀ ਹੋਰ ਮਹਾਨ ਸ਼ਖਸੀਅਤ ਹੋਰ ਕਿਹੜੀ ਸ਼ਖਸੀਅਤ ਹੋ ਸਕਦੀ ਹੈ ਇਸ ਦੇ ਵਿੱਚ ਇੱਕ ਇਹ ਗੱਲ ਕਰਦਿਆਂ ਹੋਇਆਂ ਇੱਕ ਬਹੁਤ ਅਜੀਬ ਜੀ ਗੱਲ ਉਸ ਦਾ ਜ਼ਿਕਰ ਵੀ ਬਹੁਤ ਜ਼ਰੂਰੀ ਹੈ 1975 ਦੇ ਵਿੱਚ ਜਦੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ 300 ਸਾਲਾ ਸ਼ਹਾਦਤ ਦੀ ਤੀਸਰੀ ਸ਼ਤਾਬਦੀ ਦਾ ਵਰਾਸੀ ਜਦੋਂ ਸਹਬਾ ਦੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ 300 ਸਾਲਾ ਉਹ ਤੀਸਰੀ ਸ਼ਤਾਬਦੀ ਮਨਾਈ ਜਾ ਰਹੀ ਸੀ ਇਸ ਮਹਾਨ ਸ਼ਹਾਦਤ ਦੀ ਤਾਂ ਉਸ ਵੇਲੇ ਇੱਕ ਅਜੀਬ ਗੱਲ ਹੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਿਲੀਜੀਅਸ ਧਾਰਮਿਕ ਵਿਭਾਗ ਵੱਲੋਂ ਇੱਕ ਕਿਤਾਬ ਛਾਪੀ ਗਈ ਔਰ ਉਹ ਉਹਨਾਂ ਦੀ ਪਲੇਠੀ ਪੁਸਤਕ ਸੀ ਔਰ ਉਸ ਦੇ ਵਿੱਚ ਇਹ ਲਿਖਿਆ ਗਿਆ ਕਿ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਕੋਈ ਧਰਮ ਦੀ ਖਾਤਰ ਨਹੀਂ ਹੋਈ ਕਿਸੇ ਧਾਰਮਿਕ ਚਿੰਦ ਦੀ ਖਾਤਰ ਨਹੀਂ ਹੋਈ ਕਿਸੇ ਧਾਰਮਿਕ ਅਸੂਲ ਦੀ ਖਾਤਰ ਨਹੀਂ ਹੋਈ ਬਲਕਿ ਇਹ ਸ਼ਹਾਦਤ ਤਾਂ ਗੁਰਤੇਗ ਬਹਾਦਰ ਸਾਹਿਬ ਵੱਲੋਂ ਕਾਨੂੰਨ ਦੇ ਮੁਤਾਬਕ ਕਾਨੂੰਨ ਦੀ ਉਲੰਘਣਾ ਕਰਕੇ ਸਰਕਾਰ ਵੱਲੋਂ ਉਹਨਾਂ ਨੂੰ ਕਾਨੂੰਨ ਦੀ ਉਲੰਘਣਾ ਕਰਕੇ ਕਾਨੂੰਨ ਦੇ ਨਿਯਮਕਰ ਦੇ ਮੁਤਾਬਕ ਉਹਨਾਂ ਨੂੰ ਕਤਲ ਕੀਤਾ ਗਿਆ ਸੀ ਕਿਉਂਕਿ ਉਹ ਪਲੰਡਰਰ ਐਂਡ ਰੈਪਾਇਨਸਨ ਉਹ ਬਗਾਵਤ ਕਰਾ ਰਹੇ ਸਨ ਡਾਕਟਰ ਫੌਜਾ ਸਿੰਘ ਜੋ ਹਿਸਟਰੀ ਡਿਪਾਰਟਮੈਂਟ ਪੰਜਾਬੀ ਯੂਨੀਵਰਸਿਟੀ ਦੇ ਸਨ ਜਦੋਂ ਉਹਨਾਂ ਨੇ ਇਹ ਗੱਲ ਲਿਖੀ ਔਰ ਇਹ ਗੱਲ ਕਹੀ ਵੀ ਗਈ ਗੁਰਤੇਗ ਬਹਾਦਰ ਸਾਹਿਬ ਦੇ 300 ਸਾਲਾ ਸ਼ਹੀਦੀ ਦੇ ਮੌਕੇ ਦੇ ਉੱਤੇ ਜ਼ਾਹਿਰ ਹੈ ਇਸ ਦਾ ਪ੍ਰਤੀਕਰਮ ਔਰ ਇਸ ਦੇ ਉੱਤੇ ਰੱਦੇ ਅਮਲ ਕਿੰਨਾ ਕਿਸ ਤਰ੍ਹਾਂ ਦਾ ਹੋਣਾ ਸੀ ਪਰ ਕੌਮ ਦੀ ਚੇਤਨਤਾ ਨੇ ਇਸ ਚੁਣੌਤੀ ਨੂੰ ਇਹ ਜਿਹੜੀ ਚੁਣੌਤੀ ਜਿਹੜੀ ਅੰਦਰੋਂ ਉੱਗ ਗਈ ਸੀ ਇਸ ਨੂੰ ਬਹੁਤ ਗੰਭੀਰਤਾ ਦੇ ਨਾਲ ਲਿਆ ਜਿਸ ਵੇਲੇ ਉਹਨਾਂ ਨੇ ਇਸ ਗੱਲ ਨੂੰ ਦੇਖਿਆ ਤਾਂ ਡਾਕਟਰ ਫੌਜਾ ਸਿੰਘ ਡਾਕਟਰ ਗੰਡਾ ਸਿੰਘ ਜੀ ਦੇ ਉਦਮ ਨਾਲ ਡਾਕਟਰ ਫੌਜਾ ਸਿੰਘ ਜਿਨ੍ਹਾਂ ਨੇ ਇਹ ਥਿਊਰੀ ਦਿੱਤੀ ਸੀ ਕਿ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਕਿਸੇ ਧਰਮ ਦੀ ਆਜ਼ਾਦੀ ਦੀ ਖਾਤਰ ਨਹੀਂ ਬਲਕਿ ਇੱਕ आम कानून ਦੀ ਉਲੰਘਣਾ ਕਰਕੇ ਇਹ ਸ਼ਹਾਦਤ ਹੋਈ ਹੈ ਤਾਂ ਉਸ ਵੇਲੇ ਡਾਕਟਰ ਫੌਜਾ ਸਿੰਘ ਨੇ ਇੱਕ ਮਾਫੀਨਾਮਾ ਇੱਕ ਪੁਸਤਕ ਲਿਖੀ ਔਰ ਪੂਰਾ ਲੇਖ ਲਿਖਿਆ ਉਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਕਿਸੇ ਵੀ ਇਤਿਹਾਸਕ ਘਟਨਾ ਦੀ ਜੋ ਪ੍ਰਾਇਮਰੀ ਐਵੀਡੈਂਸ ਹੈ ਜੋ ਮੁੱਖ ਤੌਰ ਦੇ ਉੱਤੇ ਉਸ ਘਟਨਾ ਨੂੰ ਜਾਂਚਣ ਦੀ ਉਸ ਘਟਨਾ ਨੂੰ ਪਰਖਣ ਦੀ ਜਿਹੜੀ ਸਭ ਤੋਂ ਵੱਡਾ ਪੈਮਾਨਾ ਹੁੰਦਾ ਹੈ ਉਹ ਆਟੋ ਬਾਇਓਗ੍ਰਾਫੀ ਜਾਂ ਬਾਇਓਗ੍ਰਾਫੀ ਹੁੰਦੀ ਹੈ ਗੁਰਤੇਗ ਪਹਾਦਰ ਸਾਹਿਬ ਦੀ ਸ਼ਹਾਦਤ ਦੀ ਪ੍ਰਾਇਮਰੀ ਐਵੀਡੈਂਸ ਜੋ ਹੈ ਉਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆਤਮ ਕਥਾ ਜੋ ਬਚਿੱਤਰ ਨਾਟਕ ਉਹਨਾਂ ਨੇ ਅੰਕਿਤ ਕੀਤਾ ਹੈ ਡਾਕਟਰ ਫੌਜਾ ਸਿੰਘ ਨੇ ਲਿਖਿਆ ਕਿ ਮੈਨੂੰ ਉਹ ਪ੍ਰਾਇਮਰੀ ਐਵੀਡੈਂਸ ਨੂੰ ਇਗਨੋਰ ਨਹੀਂ ਸੀ ਕਰਨਾ ਚਾਹੀਦਾ ਜਿਸ ਪ੍ਰਾਇਮਰੀ ਐਵੀਡੈਂਸ ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਪਸ਼ਟ ਕੀਤਾ ਹੈ ਕਿ ਗੁਰਤੇਗ ਪਹਾਦਰ ਸਾਹਿਬ ਦੀ ਸ਼ਹਾਦਤ ਠੀਕਰ ਫੋਰ ਦਲੀਸ ਸਰ ਪ੍ਰਭਪੁਰ ਕੀਓ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂਆਂ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਕਾਰਨ ਅੰਕਤ ਕੀਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਆਤਮਕਥਾ ਦੇ ਵਿੱਚ ਔਰ ਡਾਕਟਰ ਫੌਜਾ ਸਿੰਘ ਨੇ ਉਸ ਵੇਲੇ ਕਿਹਾ ਕਿ ਮੈਨੂੰ ਇਹ ਪ੍ਰਾਇਮਰੀ ਐਵੀਡੈਂਸ ਨੂੰ ਇਗਨੋਰ ਕਰਕੇ ਇੱਕ ਅਕੈਡੈਮਿਕ ਬਧ ਧਿਆਨਤੀ ਹੈ ਔਰ ਇੱਕ ਕਿਸਮ ਦੀ ਇਸ ਨੂੰ ਇਗਨੋਰ ਕਰਨਾ ਇਹ ਬਹੁਤ ਵੱਡੀ ਅਕਾਦਮਿਕ ਤੌਰ ਦੇ ਉੱਤੇ ਇਹ ਸਹੀ ਨਹੀਂ ਸੀ ਉਹਨਾਂ ਨੇ ਆਪਣੀ ਗਲਤੀ ਦਾ ਪ੍ਰਗਟਾਵਾ ਕੀਤਾ ਔਰ ਦੁਬਾਰਾ ਪੰਜਾਬੀ ਯੂਨੀਵਰਸਿਟੀ ਨੇ ਉਹ ਕਿਤਾਬ ਛਾਪੀ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ ਉਹ ਗਵਾਹੀ ਉਹ ਅਮਿਟ ਗਵਾਹੀ ਜਿਹੜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਲਮ ਤੋਂ ਹੈ ਇਸ ਦੇ ਲਈ ਇੱਕ ਹੋਰ ਬਹੁਤ ਅਹਿਮ ਨੁਕਤਾ ਹੈ ਜਿਹੜਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਨਾਲ ਜੁੜਿਆ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਉਸ ਸਮੇਂ ਦੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਦੇ ਸਮੇਂ ਦੇ ਤਕਰੀਬਨ 30 ਦੇ ਕਰੀਬ ਪਰਸ਼ੀਅਨ ਕ੍ਰੋਨਿਕਲਸ ਹਨ ਜਿਹੜੇ ਪਰਸ਼ੀਅਨ ਉਸ ਵੇਲੇ ਦੇ ਲਿਖਾਰੀਆਂ ਦੀਆਂ ਲਿਖਤਾਂ ਹਨ ਜਿਨ੍ਹਾਂ ਨੇ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਜ਼ਿਕਰ ਕੀਤਾ ਹੈ ਜਿਹੜੇ ਸਮਕਾਲੀਨ ਨੁਸਖੇ ਹਨ ਪਰ ਇੱਕ ਚੀਜ਼ ਹੈਰਾਨਕੁਨ ਕਰਨ ਦੇਣ ਵਾਲੀ ਹੈ ਕਿ ਹਰ ਉਸ ਗਵਾਹੀ ਦੇ ਵਿੱਚ ਹਰ ਉਸ ਨੁਸਖੇ ਦੇ ਵਿੱਚ ਹਰ ਉਸ ਪਰਸ਼ੀਨ ਲਿਖਤ ਦੇ ਵਿੱਚ ਇੱਕ ਚੀਜ਼ ਕਾਮਨ ਹੈ ਉਹ ਚੀਜ਼ ਹੈ ਹਜ਼ੂਰ ਦੇ ਬਾਰੇ ਕਿ ਸਰਕਾਰ ਵੱਲੋਂ ਗੁਰੂ ਸਾਹਿਬ ਨੂੰ ਇੱਕ ਗੱਲ ਕਹੀ ਗਈ ਕਿ ਤੁਸੀਂ ਕਰਾਮਾਤ ਦਿਖਾ ਦਿਓ ਜਾਂ ਤਾਂ ਕਰਾਮਾਤ ਦਿਖਾ ਦਿਓ ਜਾਂ ਫਿਰ ਇਹ ਐਲਾਨ ਕਰ ਦਿਓ ਕਿ ਮੈਨੂੰ ਕਰਾਮਾਤ ਨਹੀਂ ਆਉਂਦੀ ਅਸੀਂ ਤੁਹਾਨੂੰ ਛੱਡ ਦੇਾਂਗੇ ਇਹ ਹੁਣ ਬਹੁਤ ਹੀ ਵਿਚਾਰਨ ਵਾਲੀ ਗੱਲ ਹੈ ਕਿ ਗੁਰੂ ਸਾਹਿਬ ਨੂੰ ਦੋ ਆਫਰ ਦਿੱਤੀਆਂ ਗਈਆਂ ਜਾਂ ਤਾਂ ਤੁਸੀਂ ਕਹ ਦਿਓ ਕਿ ਤੁਹਾਨੂੰ ਕਰਾਮਾਤ ਨਹੀਂ ਆਂਦੀ ਜਾਂ ਤੁਸੀਂ ਕਰਾਮਾਤ ਦਿਖਾ ਦਿਓ ਹੁਣ ਦਰਅਸਲ ਇਸ ਦੇ ਪਿੱਛੇ ਇੱਕ ਬਹੁਤ ਵੱਡਾ ਰਾਜ਼ ਸੀ ਸਤਗੁਰੂ ਨੂੰ ਉਸ ਵੇਲੇ ਦੇ ਸਮਕਾਲੀਨ ਲੋਕ ਇੱਕ ਪੈਗੰਬਰ ਸਮਝਦੇ ਸਨ ਪੈਗੰਬਰ ਦੇ ਜਿਹੜੇ ਗੁਣ ਹਨ ਉਹ ਅਹਿਲੇ ਕਿਤਾਬ ਹੋਏ ਉਹਨਾਂ ਦੀ ਬਾਣੀ ਹੋਏ ਅਹਲੇ ਅਸ਼ਹਾਬ ਹੋਣ ਉਹਨਾਂ ਦੇ ਕਰੀਬੀ ਸਾਥੀ ਹੋਣ ਜਿਹੜੇ ਗੁਰੂ ਸਾਹਿਬ ਦੇ ਸਾਥੀ ਸਨ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਉਹਨਾਂ ਦੀ ਅਹਲੇ ਉਮਤ ਹੋਏ ਉਹਨਾਂ ਦੇ ਕੋਲ ਉਮਤ ਹੋਏ ਉਹਨਾਂ ਦੇ ਆਪਣੇ ਸਿੱਖ ਹੋਣ ਔਰ ਚੌਥੀ ਚੀਜ਼ ਹੈ ਅਹਲੇ ਮੂਅਜ਼ਜ਼ਾ ਹੋਏ ਉਹਨਾਂ ਦੇ ਕੋਲ ਮੂਅਜ਼ਜ਼ਾ ਹੋਏ ਜਿਹੜੀ ਕਰਾਮਾਤ ਹੋਏ ਦਰਅਸਲ ਉਹ ਡਰੇ ਹੋਏ ਇਹ ਜਾਣਨਾ ਚਾਹੁੰਦੇ ਸੀ ਕਿ ਕਿਦਰੇ ਐਸਾ ਨਾ ਹੋਏ ਇਹ ਪੈਗੰਬਰ ਹੀ ਹੋਣ ਤਾਂ ਉਹ ਦੂਸਰੀ ਗੱਲ ਕਰ ਰਹੇ ਸਨ ਜਾਂ ਤਾਂ ਤੁਸੀਂ ਕਰਾਮਾਤ ਦਿਖਾਓ ਜਾਂ ਫਿਰ ਇਨਕਾਰ ਕਰ ਦੋ ਕਿ ਮੈਨੂੰ ਨਹੀਂ ਆਂਦੀ ਪਰ ਦੇਖੋ ਗੁਰੂ ਸਾਹਿਬ ਨੇ ਦਿਖਾਣ ਤੋਂ ਵੀ ਇਨਕਾਰ ਕੀਤਾ ਔਰ ਇਹ ਮੰਨਣ ਤੋਂ ਵੀ ਇਨਕਾਰ ਕਰ ਦਿੱਤਾ ਇਹ ਕਹਿਣ ਤੋਂ ਵੀ ਇਨਕਾਰ ਕਰ ਦਿੱਤਾ ਕਿ ਮੇਰੇ ਕੋਲ ਮੂਅਜ਼ਜ਼ਾ ਨਹੀਂ ਹੈ ਔਰ ਬਲਕਿ ਜਿਹੜੀ ਗੱਲ ਉਹਨਾਂ ਨੇ ਕਹੀ ਉਹ ਇੱਕ ਬਹੁਤ ਵੱਡਾ ਸਿਧਾਂਤਕ ਤੌਰ ਦੇ ਉੱਤੇ ਸੀ ਕਿ ਨਾਟਕ ਚੇਟਕ ਕੀ ਏ ਕੋ ਕਾਜਾ ਪ੍ਰਭ ਲੋਗਨ ਕਹ ਆਵਤ ਲਾਜਾ ਇਹ ਜਿਹੜੀ ਗੱਲ ਸਤਗੁਰਾਂ ਨੇ ਜਿਹੜੀ ਉਸ ਵੇਲੇ ਇਹ ਅਸੂਲ ਦਿੰਦਿਆਂ ਹੋਇਆਂ ਇਹ ਜਿਹੜੀ ਗੱਲ ਕੀਤੀ ਇੱਕ ਬਹੁਤ ਵੱਡੀ ਗੱਲ ਸੀ ਸੋ ਇਹ ਜਿਹੜੇ ਸਿਧਾਂਤ ਸਨ ਜਿਨ੍ਹਾਂ ਕਰਕੇ ਸਾਹਿਬਾਂ ਨੇ ਉਹ ਮਹਾਨ ਸ਼ਹਾਦਤ ਦਿੱਤੀ ਜਿਸ ਵੇਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਰਬਜ਼ਾਦਿਆਂ ਦੇ ਸ਼ਹਾਦਤ ਦੀ ਖਬਰ ਸਤਗੁਰਾਂ ਨੂੰ ਮਿਲੀ ਸੀ ਤਾਂ ਉਸ ਵੇਲੇ ਦੇ ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਅੱਖਾਂ ਦੇ ਵਿੱਚੋਂ ਦੋ ਅਥਰੂ ਡਿੱਗੇ ਜਦੋਂ ਉਹਨਾਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਹਾ ਦਾ ਨਾਰਾ ਮਾਰਿਆ ਸਰਹੰਦ ਦੀ ਕਚਹਿਰੀ ਦੇ ਵਿੱਚ ਹਾ ਦਾ ਨਾਰਾ ਮਾਰਿਆ ਤਾਂ ਸਤਗੁਰਾਂ ਦੇ ਅੱਖਾਂ ਦੇ ਵਿੱਚੋਂ ਦੋ ਅਥਰੂ ਡਿੱਗੇ ਸਿੱਖਾਂ ਨੇ ਪੁੱਛਿਆ ਸਤਗੁਰੂ ਇਹ ਕੀ ਹਜ਼ੂਰ ਕਹਿਣ ਲੱਗੇ ਇਹ ਖੁਸ਼ੀ ਦੇ ਅਥਰੂ ਹਨ ਅੱਜ ਧਰਮ ਬਚ ਗਿਆ ਹੈ ਮਲੇਰ ਕੋਟਲੇ ਦੇ ਨਵਾਬ ਵੱਲੋਂ ਇਹ ਧਰਮ ਦੀ ਖਾਤਰ ਹਾ ਦਾ ਨਾਰਾ ਮਾਰਨਾ ਇਹ ਉਹੀ ਹਾ ਦਾ ਨਾਰਾ ਸੀ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਮੁਸਲਮਾਨੀਆਂ ਪੜੇ ਕਤੇਬਾਂ ਕਸ਼ਟ ਬਹਿ ਕਰੇ ਖੁਦਾਏ ਵੇ ਲਾਲੋ ਜਦੋਂ ਮੁਸਲਮਾਨ ਔਰਤਾਂ ਦੇ ਉੱਤੇ ਹਮਲਾ ਹੋਇਆ ਬਾਬਰ ਨੇ ਜਦੋਂ ਹਮਲਾ ਕੀਤਾ ਤਾਂ ਹਜ਼ੂਰ ਨੇ ਹਾ ਦਾ ਨਾਰਾ ਮਾਰਿਆ ਇਹ ਉਹੀ ਹਾ ਦਾ ਨਾਰਾ ਸੀ ਜਿਹੜਾ ਕਿ ਗੁਰਤੇਗ ਬਹਾਦਰ ਸਾਹਿਬ ਨੇ ਜਿਸ ਦੇ ਬਾਰੇ ਗੁਰੂ ਕਲਗੀਧਰ ਪਿਤਾ ਨੇ ਕਿਹਾ ਕਿ ਧਰਮ ਹੇਤ ਸਾਕਾ ਜਿਨ ਕੀਆ ਇਹ ਧਰਮ ਦੀ ਖਾਤਰ ਇਹ ਜੋ ਸਾਕਾ ਹੋਇਆ ਧਰਮ ਦੀ ਖਾਤਰ ਸ਼ਹਾਦਤ ਹੋਈ ਸੋ ਇਹ ਅਸੀਂ ਕੁਝ ਤਸਵੀਰਾਂ ਦੇ ਰਾਹੀਂ ਅਸੀਂ ਉਸ ਘਟਨਾਵਾਂ ਨੂੰ ਉਸ ਇਤਿਹਾਸ ਨੂੰ ਅਸੀਂ ਵੇਖਣ ਦੀ ਕੋਸ਼ਿਸ਼ ਕਰਾਂਗੇ ਔਰ ਉਸ ਦੇ ਬਾਅਦ ਅਸੀਂ ਅਗਲੇ ਪੜਾਵਲ ਵਧਾਂਗੇ ਜਿਹੜੀ ਸਭ ਤੋਂ ਪਹਿਲੀ ਤਸਵੀਰ ਹੈ ਇਹ ਸਾਹਿਬ ਸ੍ਰੀ ਗੁਰੂ ਦੇ ਇੱਕ ਬਹਾਦਰ ਸਾਹਿਬ ਦੀ ਉਹ ਇਤਿਹਾਸਕ ਤਸਵੀਰ ਹੈ ਜਿਹੜੀ ਕਿ ਸੀਸਕੰਜ ਸਾਹਿਬ ਦੇ ਉਸ ਪੌਰੇ ਦੇ ਵਿੱਚ ਹੈ ਜਿਸ ਪੌਰੇ ਦੇ ਵਿੱਚ ਗੁਰੂ ਸਾਹਿਬ ਨੂੰ ਕੈਦ ਕੀਤਾ ਗਿਆ ਸੀ ਔਰ ਸ਼ਹਾਦਤ ਤੋਂ ਪਹਿਲੇ ਉਸ ਪੌਰੇ ਦੇ ਵਿੱਚ ਰੱਖਿਆ ਗਿਆ ਕਮਾਲ ਹੈ ਇਹ ਪੌਰੇ ਵਾਲਾ ਗੁਰੂ ਜਿਸ ਨੇ ਆਪਣੀ ਸ਼ਹਾਦਤ ਤੋਂ ਪਹਿਲੇ ਵੀ ਜਿਹੜੇ ਬਾਬੇ ਬਕਾਲੇ ਦੇ ਵਿੱਚ ਪੌਰੇ ਵਿੱਚ ਰਹੇ ਜਿਹੜੇ ਜਦੋਂ ਬਨਾਰਸ ਵਿੱਚ ਗਏ ਹਨ ਤਾਂ ਵੀ ਉੱਥੇ ਪੌਰੇ ਵਿੱਚ ਸਨ ਔਰ ਆਖਰਤ ਦੇ ਵਿੱਚ ਵੀ ਇਹਨਾਂ ਨੂੰ ਪੌਰਾ ਹੀ ਜਿਹੜਾ ਸੀ ਉਸ ਨੂੰ ਪਾਗ ਲਾਇ। ਅਗਲੀ ਤਸਵੀਰ ਇਹੋ ਤਸਵੀਰ ਹੈ ਭਾਈ ਮੱਖਣਸ਼ਾ ਲੁਬਾਣੇ ਦੀ ਜਿਨ੍ਹਾਂ ਦਾ ਜਹਾਜ਼ ਡੁੱਬਦਾ ਜਿਨ੍ਹਾਂ ਨੇ ਅਰਦਾਸ ਕੀਤੀ ਸੀ ਔਰ ਜਿਸ ਦੇ ਕਰਕੇ ਅੱਜ ਵੀ ਅਰਦਾਸ ਕਰਦੇ ਹਾਂ ਕਿ ਤੇਗ ਬਹਾਦਰ ਸਿਮਰੀਏ ਕਰਨਾਉ ਨੇ ਦਿ ਆਵੇ ਤਾਏ। ਅਗਲੀ ਤਸਵੀਰ ਇੱਕ ਕੋਲਾਜ ਹੈ ਜਿਹੜਾ ਸਾਬਾਂ ਦੇ ਉਹ ਚਾਰੋਂ ਭਾਈ ਮੱਖਣਸ਼ਾ ਲੁਬਾਣੇ ਦੇ ਉਹਨਾਂ ਦੀ ਅਰਦਾਸ ਉਹਨਾਂ ਦੇ ਜਹਾਜ਼ ਨੂੰ ਪਾਰ ਉਤਾਰਨਾ ਔਰ ਉਹਨਾਂ ਦਾ ਕੌਤਕ ਕਰਨਾ ਕਿ ਆਪਣੇ ਆਪ ਨੂੰ ਪ੍ਰਗਟ ਕਰਨ ਦਾ ਜੋ ਸੀ ਉਸ ਦੇ ਬਾਰੇ ਹੈ ਇਸ ਤੋਂ ਅਗਲੀ ਤਸਵੀਰ ਜੋ ਹੈ ਇਹ ਜਿਸ ਦੇ ਬਾਰੇ ਕਿਹਾ ਗਿਆ ਸੀ ਕਿ ਵਾਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੇ ਬਾਹੇ ਨਾ ਛੋੜੀਏ ਤੇਗ ਬਹਾਦਰ ਬੋਲਿਆ ਤਰ ਪਈਏ ਧਰਮ ਨਾ ਛੋੜੀਏ ਔਰ ਇਸ ਤੋਂ ਬਾਅਦ ਅਗਲੀ ਜੋ ਤਸਵੀਰ ਹੈ ਆਪ ਵੇਖ ਰਹੇ ਹੋ ਇਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਦੀ ਉਹ ਤਸਵੀਰ ਹੈ ਜਿਸ ਦੇ ਬਾਰੇ ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਬਾਰੇ ਵੀ ਕਿਹਾ ਸੀ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ ਹਰ ਸਿੰਘਾਸਣ ਦੀਓ ਸ੍ਰੀ ਗੁਰੂ ਤਹਿ ਬਿਠਾਇਓ ਰਹਿਸ ਕੀਓ ਸਰਦੇਵ ਤੋਹੇ ਜਸ ਜੈ ਜੈ ਜੰਪੇ ਅਸਰ ਗਏ ਤੇ ਬਾਗ ਪਾਪ ਤਿਨ ਬੀਤਰ ਕੰਪੇ ਕਾਟੇ ਸੋ ਪਾਪ ਤੇ ਨ ਰਹਿ ਕੇ ਗੁਰ ਰਾਮਦਾਸ ਜਿਨ ਪਾਇਓ ਛਤਰ ਸਿੰਘਾਸਣ ਪ੍ਰਥਮੀ ਗੁਰ ਅਰਜਨ ਕੋ ਦੇ ਆਇਓ ਜਿਸ ਤਰੀਕੇ ਦੇ ਨਾਲ ਦੇਪੂਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ ਬਿਲਕੁਲ ਇਨ ਬਿਨ ਗੁਰੂ ਕਲਗੀ ਤਰਪਿਤਾ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਵੀ ਕਹਿੰਦੇ ਹਨ ਕਿ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ 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 ਸਭ ਜੈ ਜਗ ਭਇਓ ਜੈ 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 ਸਰ ਲੋਕ ਇਸ ਤੋਂ ਅਗਲੀ ਤਸਵੀਰ ਪਾਈ ਮਤੀ ਦਾਸ ਜੀ ਦੀ ਹੈ ਜਿਨ੍ਹਾਂ ਨੂੰ ਗੁਰਤੇਗ ਬਹਾਦਰ ਸਾਹਿਬ ਦੇ ਨਾਲ ਸ਼ਹੀਦ ਕੀਤਾ ਗਿਆ ਨਾ ਕੇਵਲ ਭਾਈ ਮਤੀ ਦਾਸ ਜੀ ਨੂੰ ਬਲਕਿ ਗੁਰਤੇਗ ਬਹਾਦਰ ਸਾਹਿਬ ਦੇ ਉੱਤੇ ਉਹਨਾਂ ਨੇ ਪ੍ਰਭਾਵ ਪਾਉਣ ਲਈ ਡਰ ਪੈਦਾ ਕਰਨ ਲਈ ਇਹ ਭੁੱਲ ਗਏ ਕਿ ਉਹ ਤਾਂ ਉਡਾਰੀਆਂ ਲਾ ਕੇ ਲੋਕਾਂ ਨੂੰ ਸਬਕ ਦੇ ਰਹੇ ਹਨ ਪੈ ਕਾਹੂ ਕੋ ਦੇਤ ਨਾ ਨੈ ਪਹਿਮਾਨਤ ਆਨ ਅਜ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਬਾਰੇ ਗਿਆਨੀ ਮਾਨ ਸਿੰਘ ਚੌਰ ਨੇ ਇੱਕ ਬੰਗਾਲੀ ਲੇਖਕ ਦਾ ਹਵਾਲਾ ਦਿੱਤਾ ਕਿ ਗੁਰਤੇਗ ਬਹਾਦਰ ਸਾਹਿਬ ساری ਉਮਰ ਵੈਰਾਗ ਵਿੱਚ ਬਾਣੀ ਗਾਉਂਦੇ ਰਹੇ ਉਹ ਉਡਾਰੀਆਂ ਲਾ ਕੇ ਗਾਇਨ ਕਰਦੇ ਰਹੇ ਪਰ ਕਦੀ ਵੀ ਉਹਨਾਂ ਨੂੰ ਕਿਸੇ ਨੇ ਹੱਸਦਿਆਂ ਨਹੀਂ ਵੇਖਿਆ ਇੱਕ ਬੰਗਾਲੀ ਲਖਾਰੀ ਗੁਰੂ ਸਾਹਿਬ ਦੇ ਨਾਲ-ਨਾਲ ਸੀ ਜਦੋਂ ਗੁਰੂ ਸਾਹਿਬ ਆਸਾਮ ਦੇ ਦੌਰੇ ਤੇ ਸਨ ਪਰ ਉਹ ਲਿਖਦਾ ਹੈ ਕਿ ਇੱਕ ਵਾਰ ਗੁਰੂ ਸਾਹਿਬ ਖਿੜਖਿੜਾ ਕੇ ਹੱਸੇ ਔਰ ਬੜੇ ਜ਼ੋਰ ਦੀ ਹੱਸੇ ਸਨ ਜ਼ਿੰਦਗੀ 'ਚ ਇੱਕ ਵਾਰ ਜਦੋਂ ਗੁਰੂ ਸਾਹਿਬ ਦੇ ਕੋਲ ਉਹ ਜਲਾਦ ਨੰਗੀ ਤਲਵਾਰ ਲੈ ਕੇ ਆਇਆ ਔਰ ਉਹ ਤਲਵਾਰ ਲੈ ਕੇ ਉਹਨਾਂ ਦੇ ਦੁਆਲੇ ਉਹ ਤਲਵਾਰ ਨੂੰ ਕਮਾਂਦਾ ਹੋਇਆ ਨੱਚਿਆ ਤੇਗ ਬਹਾਦਰ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗੁਰੂ ਸਾਹਿਬ ਦਾ ਹਾਸਾ ਨਿਕਲ ਗਿਆ ਸੋ ਇਹ ਜਿਹੜੀ ਤਸਵੀਰ ਅਗਲੀ ਹੈ ਉਹ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ ਭਾਈ ਸਤੀਦਾਸ ਜੀ ਨੂੰ ਰੂਹ ਦੇ ਵਿੱਚ ਲਪੇਟ ਕੇ ਅੱਗ ਲਗਾ ਦਿੱਤੀ ਗਈ ਔਰ ਇਸ ਤੋਂ ਬਾਅਦ ਇੱਕ ਹੋਰ ਗੁਰੂ ਸਾਹਿਬ ਦੇ ਅਨੰਨ ਸੇਵਕ ਸਨ ਜਿਹੜੇ ਕਿ ਪਾਈ ਦਿਆਲਾ ਜੀ ਸਨ ਜਿਨ੍ਹਾਂ ਨੂੰ ਹੁਕਮ ਕੀਤਾ ਗਿਆ ਕਿ ਇਹਨਾਂ ਨੂੰ ਦੇਗ ਵਿੱਚ ਪਾ ਕੇ ਉਬਾਲ ਦਿੱਤਾ ਜਾਏ ਇਤਿਹਾਸ ਵਿੱਚ ਜ਼ਿਕਰ ਹੈ ਜਦੋਂ ਪਾਈ ਦਿਆਲਾ ਜੀ ਨੂੰ ਦੇਗ ਤਿਆਰ ਹੋ ਗਈ ਤਾਂ ਉਹਨਾਂ ਨੂੰ ਉਬਾਲਣ ਦਾ ਹੁਕਮ ਹੋ ਗਿਆ ਤਾਂ ਉਸ ਦੇਗ ਦਾ ਮੂੰਹ ਪਾਈ ਦਿਆਲਾ ਜੀ ਦਾ ਮੂੰਹ ਗੁਰਤੇਗ ਬਹਾਦਰ ਸਾਹਿਬ ਦੇ पिੰਜਰੇ ਵੱਲ ਕਰ ਦਿੱਤਾ ਗਿਆ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਔਰ ਪਾਈ ਦਿਆਲਾ ਜੀ ਸਾਹਮਣੇ ਹਨ ਹੁਣ ਸਿੱਖ ਗੁਰੂ ਦੇ ਸਨਮੁਖ ਹੈ ਪਰ ਜਿਹੜੀ ਅਰਦਾਸ ਪਾਈਦੇਲਾ ਜੀ ਨੇ ਕੀਤੀ ਉਹ ਕਮਾਲ ਦੀ ਅਰਦਾਸ ਹੈ ਪਾਈਦੇਲਾ ਜੀ ਦੇ ਸਨਮੁਖ ਗੁਰਤੇਗ ਬਹਾਦਰ ਸਾਹਿਬ ਹਨ ਪਰ ਪਾਈਦੇਲਾ ਜੀ ਉਹਨਾਂ ਨੂੰ ਮੁਖਾਤਬ ਕਰਕੇ ਕਹਿਣ ਲੱਗੇ हे ਗੁਰ ਅਰਜਨ ਦੇਵ ਜੀ ਤੁਸੀਂ ਅੱਗੇ ਇੱਕ ਵਾਰ ਜਹਾਂਗੀਰ ਦੀ ਦੀਗ ਵਿੱਚ ਉਬਲੇ ਸੀ ਕਿਰਪਾ ਕਰੋ ਬਖਸ਼ਿਸ਼ ਕਰੋ ਤੁਸੀਂ ਔਰੰਗਜ਼ੇਬ ਦੀ ਦੀਗ ਵਿੱਚੋਂ ਬਲ ਜਾਓ ਇਹ ਵਿਸ਼ਵਾਸ ਹੈ ਇਹ ਪਰੋਸਾ ਹੈ ਆਪਣੇ ਗੁਰੂ ਤੇ ਕਿ ਆਪਣਾ ਆਪ ਸਮਰਪਣ ਕਰ ਦਿੱਤਾ ਭਾਈ ਦਿਆਲਾ ਜੀ ਨੇ ਇਸ ਤੋਂ ਅਗਲੀ ਜੋ ਤਸਵੀਰ ਆਪ ਵੇਖ ਰਹੇ ਹੋ ਇਹ ਭਾਈ ਦਿਆਲਾ ਜੀ ਦੀ ਹੈ ਔਰ ਇਸ ਤੋਂ ਬਾਅਦ ਦੀ ਤਸਵੀਰ ਉਹ ਸਥਾਨ ਹੈ ਜਿਹੜਾ ਜਿਸਥੇ ਇਹ ਸਾਕਾ ਵਾਪਰਿਆ ਜਿਹੜੀ ਮਹਾਨ ਸ਼ਹਾਦਤ ਹੋਈ ਔਰ ਇਸ ਤੋਂ ਅਗਲੀ ਤਸਵੀਰ ਵਿੱਚ ਆਪ ਵੇਖ ਰਹੇ ਹੋ ਕਿ ਇਹ ਸੀਸਗੰਜ ਸਾਹਿਬ ਦਾ ਉਹ ਅੰਦਰਲਾ ਸਥਾਨ ਹੈ ਔਰ ਜਿਸ ਦੇ ਵਿੱਚ ਅਗਲੀ ਤਸਵੀਰ ਵਿੱਚ ਉਹ ਪਾਲਕੀ ਹੈ ਜਿਸ ਦੇ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਉਹ ਸਤਰਾਂ ਹਨ ਇਸ ਤੋਂ ਅਗਲੀ ਤਸਵੀਰ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਗੁਰਤੇਗ ਬਹਾਦਰ ਜੀ ਬਹਾਰਾਜ ਉਸ ਪੌਰੇ ਦੇ ਵਿੱਚ ਕੈਦ ਹਨ ਔਰ ਇਹ ਪੌਰਾ ਅੱਜ ਕਿਸ ਰੂਪ ਵਿੱਚ ਹੈ ਇਹ ਆਪ ਅਗਲੀ ਤਸਵੀਰ ਵਿੱਚ ਆਪ ਵੇਖ ਰਹੇ ਹੋ ਜਿਸ ਪੌਰੇ ਦੇ ਵਿੱਚ ਹਰ ਵੇਲੇ ਅੱਜ ਵੀ ਸੀਸਗੰਜ ਸਾਹਿਬ ਦੇ ਉਸ ਪੌਰੇ ਦੇ ਵਿੱਚ ਉਹ ਜੋਤ ਜਗ ਰਹੀ ਹੈ ਔਰ ਗੁਰਤੇਗ ਬਹਾਦਰ ਸਾਹਿਬ ਦੀ ਉਹ ਇਤਿਹਾਸਕ ਤਸਵੀਰ ਹੈ ਇਸ ਤੋਂ ਅਗਲੀ ਤਸਵੀਰ ਵੀ ਬਿਲਕੁਲ ਇਹੀ ਹੈ ਔਰ ਇਸ ਤੋਂ ਬਾਅਦ ਦੀ ਤਸਵੀਰ ਵਿੱਚ ਇਹ ਬਾਬਾ ਬਕਾਲੇ ਦਾ ਉਹ ਸਥਾਨ ਹੈ ਜਿਸ ਜਗ੍ਹਾ ਦੇ ਉੱਤੇ ਬੈਠ ਕੇ ਸਹਬਾ ਨੇ ਮਹਾਨ ਤਪ ਕੀਤਾ ਔਰ ਕਿਤਨੇ ਹੀ ਵਰੇ ਇਸ ਪੌਰੇ ਦੇ ਵਿੱਚ ਉਹ ਵਿਰਾਜਮਾਨ ਰਹੇ ਇਸ ਤੋਂ ਅਗਲੀ ਤਸਵੀਰ ਜੋ ਆਪ ਦੇਖ ਰਹੇ ਹੋ ਇਹ ਉਹ ਸਥਾਨ ਹੈ ਉਸ ਦਰਖਤ ਦਾ ਤਨਾ ਹੈ ਜਿਸ ਦੇ ਥੱਲੇ ਸਾਹਿਬਾਨ ਨੂੰ ਸ਼ਹੀਦ ਕੀਤਾ ਗਿਆ ਸੀ ਇਸ ਤੋਂ ਅਗਲੀ ਤਸਵੀਰ ਵਿੱਚ ਉਹ ਇਬਾਰਤ ਹੈ ਜਿਹੜੀ ਉੱਥੇ ਬਾਰੇ ਲਿਖੀ ਗਈ ਹੈ ਅਗਲੀ ਤਸਵੀਰ پائی ਜੈਤਾ ਜੀ ਜਿਹੜੇ ਗੁਰਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਜਦੋਂ ਅਨੰਦਪੁਰ ਸਾਹਿਬ ਤੋਂ ਵਾਹੋਦਾਹੀ ਜਾ ਰਹੇ ਹਨ ਔਰ ਅਗਲੀ ਤਸਵੀਰ ਵਿੱਚ ਆਪ ਦੇਖ ਰਹੇ ਹੋ ਗੁਰੂ ਕਲਗੀ ਤਰਪੀਤਾ ਨੂੰ ਜਿਸ ਵੇਲੇ ਭਾਈ ਜੈਤਾ ਜੀ ਨੇ ਉਸ ਸੀਸ ਦਿੱਤਾ ਤਾਂ ਗੁਰੂ ਸਾਹਿਬ ਨੇ ਉਸ ਸੀਸ ਨੂੰ ਨਮਸਕਾਰ ਕਰਕੇ ਮਾਤਾ ਜੀ ਦੀ ਚੋਲੀ ਵਿੱਚ ਪਾ ਦਿੱਤਾ ਮਾਤਾ ਗੁਜਰੀ ਜੀ ਨੇ ਉਸ ਸੀਸ ਨੂੰ ਨਮਸਕਾਰ ਕਰਕੇ ਕੇਵਲ ਇਹ ਬੇਨਤੀ ਕੀਤੀ ਕਿ Swami ਤੁਹਾਡੀ ਨਿਭ ਗਈ ਕਿਰਪਾ ਕਰੋ ਮੇਰੀ ਬਿੰਦਪ ਜਾਏ ਇਹ ਮਹਾਨ ਕੁਰਬਾਨੀਆਂ ਦਾ سلسلہ ਇੱਥੇ ਹੀ ਬੰਦ ਨਹੀਂ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਦੋ ਸਥਾਨ ਹਨ ਇੱਕ ਤਾਂ ਬਲਕਿ ਤਿੰਨ ਕਹਿ ਲਿਆ ਜਾਏ ਜਿਸ ਜਗ੍ਹਾ ਤੇ ਉਹਨਾਂ ਦੀ ਸ਼ਹਾਦਤ ਹੋਈ ਸੀਸਕਨ ਸਾਹਿਬ ਹੈ ਜਿਸ ਜਗ੍ਹਾ ਦੇ ਉੱਤੇ ਸਾਹਿਬਾਂ ਦੇ ਤੜ ਦਾ ਸੰਸਕਾਰ ਕੀਤਾ ਗਿਆ ਰਕਾਬਗੰਜ ਸਾਹਿਬ ਦੀ ਉਹ ਪਾਵਨ ਧਰਤੀ ਹੈ ਔਰ ਜਿਸ ਜਗ੍ਹਾ ਦੇ ਉੱਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸੀਸ ਦਾ ਸੰਸਕਾਰ ਹੋਇਆ ਉਹ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹੈ ਅਗਲੀ ਤਸਵੀਰ ਜਿਹੜੀ ਹੈ ਉਹ ਰਕਾਬਗੰਜ ਸਾਹਿਬ ਦੀ ਉਹ ਤਸਵੀਰ ਹੈ ਇਸ ਤੋਂ ਬਾਅਦ ਬਾਈ ਇੱਕ ਕਿਹਾ ਜਾਏ ਜਿਸ ਤਰੀਕੇ ਦੇ ਨਾਲ ਪੰਥਕ ਕਵੀ ਤੇਜਾ ਸਿੰਘ ਸਾਬਰ ਨੇ ਕਿਹਾ ਸੀ ਕਿ ਇੱਕ ਸ਼ਹੀਦੀ ਗੁਲਦਸਤਾ ਹੈ ਗੁਰੂ ਅਰਜਨ ਦੇਵ ਜੀ ਉਹਨਾਂ ਦੇ ਪੋਤਰੇ ਗੁਰੂ ਤੇਗ ਬਹਾਦਰ ਜੀ ਔਰ ਉਹਨਾਂ ਦੇ ਪੋਤਰੇ ਚਾਰ ਚਾਰੋਂ ਸਹਿਬਜ਼ਾਦੇ ਇੱਕ ਗੁਲਦਸਤਾ ਬਣਦਾ ਹੈ ਜਿਹੜੀ 22 ਨੰਬਰ ਤਸਵੀਰ ਹੈ ਜਿਹੜੀ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ 22 ਨੰਬਰ ਔਰ ਇਸ ਤੋਂ ਅਗਲੀ ਤਸਵੀਰ ਏ ਗੁਰ ਅਰਜਨ ਦੇਵ ਜੀ ਦੇ ਪੋਤਰੇ ਗੁਰਤੇਗ ਬਹਾਦਰ ਸਾਹਿਬ ਉਹਨਾਂ ਦੇ ਅੱਗੋਂ ਪੋਤਰੇ ਇਹ ਛੋਟੇ ਸਹਿਬਜ਼ਾਦੇ ਔਰ ਇਸ ਤੋਂ ਬਾਅਦ ਅਗਲੀ ਦੋ ਤਸਵੀਰਾਂ ਦੇ ਵਿੱਚ ਉਹਨਾਂ ਵੱਡੇ ਸਹਿਬਜ਼ਾਦਿਆਂ ਦਾ ਜ਼ਿਕਰ ਹੈ ਗੁਰਤੇਗ ਪਹਾਦਰ ਸਾਹਿਬ ਨੇ ਨਾ ਕੇਵਲ ਮਹਾਨ ਕੁਰਬਾਨੀ ਦਿੱਤੀ ਬਲਕਿ ਜਿਸ ਢੰਗ ਨਾਲ ਉਹਨਾਂ ਨੇ ਆਪਣੇ ਸਾਰੇ ਜੀਵਨ ਕਾਲ ਦੇ ਵਿੱਚ ਵਕ ਵਕ ਥਾਵਾਂ ਦਾ ਦੌਰਾ ਕਰਕੇ ਗੁਰਨਾਨਕ ਸਾਹਿਬ ਵੱਲੋਂ ਲਈਆਂ ਗਈਆਂ ਉਹਨਾਂ ਮਹਾਨ ਜੜੀਆਂ ਪੁਰਨੇ ਸਨ ਉਹਨਾਂ ਦੇ ਉੱਤੇ ਉਹਨਾਂ ਸੰਗਤਾਂ ਨੂੰ ਰਿਵਾਈਵ ਕੀਤਾ ਔਰ ਜਿੱਥੇ ਜਾ ਕੇ ਗੁਰੂ ਨਾਨਕ ਸਾਹਿਬ ਨੇ ਸੰਗਤਾਂ ਬਣਾਈਆਂ ਸਨ ਉਸ ਜਗ੍ਹਾ ਦੇ ਉੱਤੇ ਜਾ ਕੇ ਮਾਗਵਜਨ ਸੰਗ ਸਾਧੂਆ ਤੂੜੀ ਕਰ ਇਸਦਾਨ ਹਰ ਕਾ ਨਾਮ ਧਿਆਏ ਸੁਣ ਸਭ ਨਾਨਕਰਦਾਨ ਉੱਥੇ ਉਹਨਾਂ ਨੇ ਦਾਨ ਔਰ ਪੁੰਨ ਦੀ ਜਿਹੜੀ ਪ੍ਰਥਾ ਸੀ ਉਹ ਅਰੰਭੀ ਔਰ ਉਸ ਨੂੰ ਸੰਪੂਰਨਤਾ ਬਖਸ਼ੀ ਗੁਰੂ ਸਾਹਿਬ ਦੀ ਸਾਰੀ ਦੀ ਸਾਰੀ ਬਾਣੀ ਵੈਰਾਗ ਬਈ ਬਾਣੀ ਹੈ ਸਾਰੀ ਦੀ ਸਾਰੀ ਬਾਣੀ ਜੇ ਕਹਿ ਲਿਆ ਜਾਏ ਉਹ ਬ੍ਰਜ ਭਾਸ਼ਾ ਦੇ ਵਿੱਚ ਹੈ ਔਰ ਸਾਰੀ ਦੀ ਸਾਰੀ ਬਾਣੀ ਦੇ ਵਿੱਚ ਉਹ ਪੁਰਾਤਨ ਔਰ ਪੁਰਾਣਿਕ ਹਵਾਲੇ ਹਨ ਜਿਨ੍ਹਾਂ ਨੂੰ ਪੁਰਾਣਿਕ ਇਤਿਹਾਸਕ ਮਿਥਿਆਸਕ ਹਵਾਲੇ ਹਨ ਜਿਨ੍ਹਾਂ ਦੇ ਹਵਾਲੇ ਨਾਲ ਗੁਰੂ ਸਾਹਿਬ ਨੇ ਆਪਣੇ ਸਿੱਖ ਸੇਵਕਾਂ ਨੂੰ ਸਿੱਖਾਂ ਨੂੰ ਉਸ ਅਕਾਲ ਪੁਰਖ ਨਾਲ ਜੋੜਿਆ ਉਹਨਾਂ ਦੇ ਹਵਾਲੇ ਦਿੰਦਿਆਂ ਹੋਇਆਂ ਜਿਵੇਂ ਗੱਜ ਜਿਓ ਹੋ ਸਹਾਇ ਉਹ ਸਾਰੇ ਦੇ ਸਾਰੇ ਗੁਰੂ ਸਾਹਿਬ ਨੇ ਪੁਰਾਣੇ ਹਵਾਲੇ ਦਿੱਤੇ ਗੁਰਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਗਿਆ ਅਗਲੀ ਜਿਹੜੀ ਤਸਵੀਰ ਵਿੱਚ ਗੁਰਤੇਗ ਬਹਾਦਰ ਸਾਹਿਬ ਦੀ ਉਹ ਲਿਖਤ ਦਾ ਇੱਕ ਨਮੂਨਾ ਹੈ ਗੁਰੂ ਸਾਹਿਬ ਦੇ ਆਦੇਸ਼ ਕਿੰਨੇ ਸਪਸ਼ਟ ਸਨ ਕਿ ਜਦੋਂ ਪਟਨਾ ਸਾਹਿਬ ਦੇ ਵਿੱਚ ਸੰਗਤਾਂ ਨੇ ਗੁਰਤੇਗ ਬਹਾਦਰ ਸਾਹਿਬ ਨੂੰ ਲਿਖਿਆ ਕਿ ਬਾਲਕ ਗੋਬਿੰਦ ਰਾਏ ਨੇ ਨਵਾਬ ਦਾ ਮੂੰਹ ਚੜਾਇਆ ਹੈ ਤਾਂ ਸਤਿਗੁਰੂ ਨੇ ਇੱਕ ਹੁਕਮਨਾਮਾ ਭੇਜਿਆ ਕਿ ਬਾਲਕ ਗੋਬਿੰਦ ਰਾਏ ਜੋ ਕੀਤਾ ਹੈ ਪਲਾ ਕੀਤਾ ਹੈ اول ਤੋ ਸਰਕਾਰੀ ਅਹਿਲਕਾਰ ਕੋ ਸਲਾਮ ਨਹੀਂ ਕਹਿਣਾ ਘਰ ਆਏ ਹੀ ਬੈਠੇ ਉਸ ਕੋ ਪਵੰਦੀ ਦੇਣੀ ਸਰਾਂਦੀ ਨਹੀਂ ਦੇਣੀ ਇਹ ਉਹਨਾਂ ਦੀ ਪਹਿਕਾ ਹੁਕਮ ਦੇ ਤਨਾ ਨਾ ਪਹਿਮਾਨਤ ਆਨ 9 ਸਾਲ ਦੀ ਉਮਰ ਦੇ ਵਿੱਚ ਜਦੋਂ ਗੁਰਤੇਗ ਬਹਾਦਰ ਗੁਰਗੋਬਿੰਦ ਸਿੰਘ ਸਾਹਿਬ ਦੀ ਉਮਰ 9 ਸਾਲ ਦੀ ਸੀ ਸਤਗੁਰੂ ਗੁਰਤੇਗ ਬਹਾਦਰ ਸਾਹਿਬ ਨੇ ਉਹ ਮਹਾਨ ਸ਼ਹਾਦਤ ਦਿੱਤੀ ਪਰ ਦੂਸਰਾ ਕੈਸਾ ਵਿਚਿਤਰ ਸੰਜੋਗ ਹੈ ਜਦੋਂ ਗੁਰਗੋਬਿੰਦ ਸਿੰਘ ਸਾਹਿਬ ਵੀ ਜਦੋਂ ਉਹਨਾਂ ਨੇ ਵੀ ਜਦੋਂ ਖਾਲਸੇ ਦੀ ਉਮਰ 1699 ਤੋਂ 1708 ਜਦੋਂ ਖਾਲਸੇ ਦੀ ਉਮਰ ਵੀ 9 ਸਾਲ ਦੀ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਜੋਤੀ ਜੋਤ ਸਮਾ ਗਏ ਔਰ ਆਪਣੀ ਸਾਰੀ ਜਿਹੜੀ ਉਹ ਵਿਰਾਸਤ ਹੈ ਗੁਰੂ ਪੰਥ ਨੂੰ ਦੇ ਗਏ ਗੁਰੂ ਗ੍ਰੰਥ ਔਰ ਗੁਰੂ ਪੰਥ ਨੂੰ ਦੇ ਗਏ ਇਸ ਤੋਂ ਬਾਅਦ ਸ਼ਹਾਦਤ ਦੇ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜ਼ਫਰਨਾਮੇ ਦਾ ਅਸਰ ਹੋਇਆ ਜਿਹੜੀ ਅਗਲੀ ਤਸਵੀਰ ਆਪ ਵੇਖ ਰਹੇ ਹੋ ਉਹ ਔਰੰਗਜ਼ੇਬ ਦੀ ਹੈ ਜਿਸ ਨੇ ਗੁਰਤੇਗ ਬਹਾਦਰ ਸਾਹਿਬ ਨੂੰ ਉਹ ਸ਼ਹੀਦ ਕਰਕੇ ਪਰ ਜਿਹੜੀ ਗੱਲ ਗੁਰੂ ਸਾਹਿਬ ਨੇ ਕਹੀ ਇਹ ਪੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੇਵਾਜਾ ਕਉ ਹਰ ਸਮਾਨ ਨਹੀਂ ਰਾਜਾ ਅਗਲੀ ਤਸਵੀਰ ਆਪ ਵੇਖ ਰਹੇ ਹੋ ਔਰੰਗਜ਼ੇਬ ਦੀ ਉਸ ਮਜ਼ਾਰ ਦੀ ਤਸਵੀਰ ਹੈ ਜਿਹੜੀ ਔਰੰਗਾਬਾਦ ਵਿੱਚ ਹੈ ਕੱਚੀ ਬਿੱਟੀ ਦੀ ਬਣੀ ਹੋਈ ਔਰ ਉਹ ਮਜ਼ਾਵਰ ਤੁਹਾਡੇ ਕੋਲੋਂ ਦੌਰ पे ਮੰਗੇਗਾ ਕਿ ਇਸ ਦੇ ਉੱਤੇ ਦੀਵਾ ਬਾਲਣਾ ਹੈ ਮਜ਼ਾਵਰ ਤੁਹਾਨੂੰ ਕਹੇਗਾ ਕਿ ਤੁਸੀਂ ਅੱਖਾਂ ਦੇ ਉੱਤੇ ਕੁਝ ਰੱਖ ਲਓ ਐਸਾ ਨਾ ਹੋਏ ਇਹ ਮਿੱਟੀ ਤੁਹਾਡੀ ਅੱਖਾਂ 'ਚ ਪੈ ਜਾਏ ਤੁਹਾਡੀ ਅੱਖਾਂ ਦੀ ਰੋਸ਼ਨੀ ਚਲੀ ਜਾਏ ਦੂਸਰੇ ਪਾਸੇ ਗੁਰਤੇਗ ਬਹਾਦਰ ਸਾਹਿਬ ਦੇ ਉਹਨਾਂ ਪਾਵਨ ਸਥਾਨਾਂ ਦੀ ਚਰਨ ਤੂੜ ਲਗਾ ਕੇ ਲੋਕ ਰੋਸ਼ਨੀ ਪ੍ਰਾਪਤ ਕਰਦੇ ਹਨ ਸੋ ਇਹ ਜਿਹੜੇ ਮਹਾਨ ਸ਼ਹਾਦਤ ਦੇ ਕਾਰਨ ਉਹਨਾਂ ਦਾ ਵਿਰਸਾ ਔਰ ਜੋ ਆਪਨੇ ਦੇਖਿਆ ਅਗਲੀ ਤਸਵੀਰ ਇੱਕ ਇਤਿਹਾਸਕ ਪੁਰਾਤਨ ਤਸਵੀਰ ਹੈ ਜਿਹੜੀ ਕਿ ਸਾਹਿਬ ਸ੍ਰੀ ਗੁਰਤੇਗ ਬਹਾਦਰ ਸਾਹਿਬ ਦੀ ਉਹ ਸ਼ਾਹਾਨਾ ਜਿਹੜੀ ਤਸਵੀਰ ਹੈ ਔਰ ਇਸ ਤੋਂ ਅਗਲੀ ਤਸਵੀਰ ਜੋ ਹੈ ਇਹ ਗੁਰੂ ਸਾਹਿਬ ਦੀ ਉਸ ਮਹਾਨ ਜ਼ਿੰਦਗੀ ਦਾ ਉਸ ਮਹਾਨ ਜੀਵਨ ਕਾਲ ਦੇ ਉਸ ਉਹਨਾਂ ਚੀਜ਼ਾਂ ਨੂੰ ਦਰਸਾਉਂਦੀ ਹੋਈ ਇਹ ਉਹ ਤਸਵੀਰ ਹੈ ਸੋ ਅਸੀਂ ਇਹ ਪਹਿਲੇ ਸੈਗਮੈਂਟ ਦੇ ਵਿੱਚ ਕੋਸ਼ਿਸ਼ ਕੀਤੀ ਹੈ ਉਸ ਸ਼ਹਾਦਤ ਨੂੰ ਅਸੀਂ ਯਾਦ ਕਰੀਏ ਅਸੀਂ ਸਜਦਾ ਕਰੀਏ ਪਰ ਇੱਕ ਕਹਿੰਦਿਆਂ ਹੋਇਆਂ ਕੋਈ ਅਤਕਥਰੀ ਨਹੀਂ ਹੈ ਗੁਰਤੇਗ ਬਹਾਦਰ ਸਾਹਿਬ ਨੇ ਦੂਸਰਿਆਂ ਦੇ ਧਰਮ ਦੀ ਆਜ਼ਾਦੀ ਦੀ ਖਾਤਰ ਮਹਾਨ ਸ਼ਹਾਦਤ ਦੇ ਦਿੱਤੀ। ਔਰੰਗਜ਼ੇਬ ਨੇ ਉਸ ਵੇਲੇ ਸਰਕਾਰੀ ਅਹਿਲਕਾਰ ਮੁਕਰਰ ਕੀਤੇ ਸਨ, ਅਫਸਰ ਮੁਕਰਰ ਕੀਤੇ ਸਨ ਜਿਹੜੇ ਕਿ ਬਾਜ਼ਾਰਾਂ ਦੇ ਵਿੱਚ ਘੁੰਮਦੇ ਸਨ, ਲੋਕਾਂ ਦੀ ਦਾੜ੍ਹੀ ਫੜ ਕੇ ਜਿਹੜੀ ਮੁਟ ਤੋਂ ਥੱਲੇ ਹੁੰਦੀ ਸੀ ਉਸ ਨੂੰ ਕਤਰ ਦਿੰਦੇ ਸਨ। ਅੱਜ ਔਰੰਗਜ਼ੇਬ ਨਹੀਂ ਹੈ, ਉਸ ਦਾ ਹੁਕਮ ਨਹੀਂ ਹੈ, ਉਸ ਦੇ ਅਹਿਲਕਾਰ ਨਹੀਂ ਹੈ, ਉਸ ਦੇ ਅਫਸਰ ਵੀ ਨਹੀਂ ਹੈ। ਪਰ ਅੱਜ ਕੀ ਮਜਬੂਰੀ ਹੈ ਕਿ ਅਸੀਂ ਆਪਣੇ ਉਸ ਰੂਪ ਨੂੰ ਗੁਰੂ ਦੇ ਉਸ ਰੂਪ ਨੂੰ ਅਸੀਂ ਖੁਦ ਹੀ ਹਮਲਾਵਰ ਬਣ ਗਏ ਹਾਂ ਦੂਸਰੇ ਪਾਸੇ ਗੁਰਤੇਗ ਬਹਾਦਰ ਸਾਹਿਬ ਨੇ ਦੂਜਿਆਂ ਦੇ ਧਰਮ ਦੀ ਖਾਤਰ ਧਾਰਮਿਕ ਆਜ਼ਾਦੀ ਦੀ ਖਾਤਰ ਜੋ ਸ਼ਹਾਦਤ ਦਿੱਤੀ ਪਰ ਅੱਜ ਲੋੜ ਹੈ ਅੱਜ ਗੰਭੀਰ ਮਸਲਾ ਹੈ ਕਿ ਸਾਡੇ ਆਪਣੇ ਹੀ ਧਾਰਮਿਕ ਜਿੰਨਾ ਨੂੰ ਵਕ ਵਕ ਥਾਵਾਂ ਦੇ ਉੱਤੇ ਉਹਨਾਂ ਦੀ ਲੜਾਈ ਲਈ ਸਾਨੂੰ ਜੂਝਣਾ ਪੈਂਦਾ ਹੈ ਕਦੀ ਆਪਣੇ ਦਸਤਾਰ ਲਈ ਕਦੀ ਆਪਣੇ ਕਕਾਰਾਂ ਲਈ ਕਦੀ ਹੋਰ ਚਿੰਨਾ ਲਈ ਇਸ ਦੇ ਲਈ ਕਾਸ਼ ਅੱਜ ਅਸੀਂ ਵੀ ਗੰਭੀਰਤਾ ਨਾਲ ਅਰਦਾਸ ਕਰੀਏ اے ਸਤਿਗੁਰ ਸੱਜੇ ਪਾਤਸ਼ਾ ਜਿਹੜੀ ਅਰਦਾਸ ਹੈ ਤੇਗ ਬਹਾਦਰ ਸਿਮਰੀਏ ਕਰਨੋਂ ਨਿਦੇ ਆਵੇ ਤਾਏ ਬਖਸ਼ਿਸ਼ ਕਰੋ ਸਾਡੇ ਵੀ ਚਿੰਨ ਜਿਹੜੇ ਹੈ ਉਹ ਬਰਕਰਾਰ ਰਹਿਣ ਅਸੀਂ ਹੁਣ ਇੱਕ ਛੋਟਾ ਜਿਹਾ ਬ੍ਰੇਕ ਉਸ ਦੇ ਬਾਅਦ ਮੁੜ ਆਪਦੇ ਕੋਲ ਹਾਜ਼ਰ ਹੁੰਦੇ ਹਾਂ ਪ੍ਰਗਟ ਭੈ ਗੁਰ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਟਾਪੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਆਪਣੇ ਤਨ ਦੀ ਕੁਰਬਾਨੀ ਦੇ ਕੇ ਆਪਣੇ ਸਰੀਰ ਦਾ ਠੀਕਰਾ ਦਲੀਸ ਦਲੀਸ਼ਵਰ ਸਿਰਫ ਤੋੜ ਕੇ ਉਹਨਾਂ ਨੇ ਸਾਰੇ ਸੰਸਾਰ ਦੀ ਪੱਤ ਜਿਹੜੀ ਸੀ ਉਹ ਟੱਕ ਲਈ ਗੁਰ ਤੇਗ ਬਹਾਦਰ ਸਾਹਿਬ ਦੀ ਉਹ ਸ਼ਹਾਦਤ ਔਰ ਉਸ ਦੀ ਮਹਾਨ ਗਵਾਹੀ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਿਖੀ ਅੱਜ ਉਸ ਗਵਾਹੀ ਨੂੰ ਫਿਰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਉਹ ਗਵਾਹੀ ਹੁਣ ਮਿਟ ਜਾਏ ਇੱਕ ਕਿਸਮ ਦੀ ਗੁਰੂ ਸਾਹਿਬ ਨੂੰ ਦੁਬਾਰਾ ਉਹਨਾਂ ਨੂੰ ਫਿਰ ਸ਼ਹੀਦ ਕਰਨ ਦੀ ਕੋਸ਼ਿਸ਼ ਹੈ ਭਾਈ ਸੰਤੋਖ ਸਿੰਘ ਨੇ ਕਿਹਾ ਖੋਰੂ ਪਾਏ ਕੋ ਬੱਚ ਕੋ ਪਾਖੇ ਦੁਖਤ ਕਰਨ ਗੰਦਲੀ ਰਾਖੇ ਸੋ ਚੱਕ ਮਾਰਤ ਰਹੇ ਕੁਪੱਤੇ ਐਸੇ ਕੁਪੱਤੇ ਹੋਣਗੇ ਜਿਹੜੇ ਕਿ ਗੰਦ ਦਾ ਟੋਕਰਾ ਲਿਆ ਕੇ ਸੰਗਤ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕਰਨਗੇ ਖੋਰੂ ਪਾਏ ਕੋ ਬੱਚ ਕੋ ਪਾਖੇ ਦੁਖਤ ਕਰਨ ਗੰਦਲੀ ਕੱਖੇ ਸੋ ਚੱਕ ਮਾਰਤ ਰਹੇ ਕੋ ਪੱਤੇ ਅਸੀਂ ਗੁਰਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਇੱਕ ਪੈਗਾਮ ਲੈਣਾ ਹੈ ਇੱਕ ਸਨੇਹਾ ਲੈਣਾ ਹੈ ਅੱਜ ਵੀ ਸਿੱਖ ਨੇ ਉਹ ਫਰਜ਼ ਪੂਰਾ ਕਰਨਾ ਹੈ ਕਿ ਜਿੱਥੇ ਕਿਧਰੇ ਵੀ ਕਿਸੇ ਦੇ ਵੀ ਕਿਸੇ ਵੀ ਧਰਮ ਦਾ ਹੋਵੇ ਕਿਸੇ ਵਜ੍ਹਾ ਦਾ ਹੋਵੇ ਕਿਸੇ ਅਸੂਲ ਦਾ ਹੋਵੇ ਅਗਰ ਉਸ ਦੇ ਕਿਸੇ ਅਸੂਲ ਦੇ ਉੱਤੇ ਹਮਲਾ ਹੁੰਦਾ ਹੈ ਸਿੱਖ ਦਾ ਇਹ ਬੁਨਿਆਦੀ ਫਰਜ਼ ਹੈ ਜਿਉ ਗੁਰਤੇਗ ਬਹਾਦਰ ਸਾਹਿਬ ਦਾ ਸਿੱਖ ਹੈ ਤਾਂ ਉਸ ਨੂੰ ਉਸਦੇ ਲਈ ਆਪਣੇ ਸਿਰ ਤੜ ਦੀ ਬਾਜ਼ੀ ਲਾਣੀ ਵੀ ਉਸ ਦਾ ਫਰਜ਼ ਹੈ ਉਸ ਨੂੰ ਬਿਨਾਂ ਕਿਸੇ ਵਿਤਕਰੇ ਦੇ ਜਿਸ ਦੇ ਬਾਰੇ ਕਿਹਾ ਗਿਆ ਖਾਲਸੋ ਬੇਕੀਨਾ ਗੁਰਗੋਬਿੰਦ ਸਿੰਘ ਉਸ ਨੂੰ ਦੁਐਤ ਦੀ ਭਾਵਨਾ ਮਿਟਾ ਕੇ ਹਰ ਕਿਸੇ ਦੇ ਹਕੂਕ ਦੀ ਖਾਤਰ ਉਸ ਨੂੰ ਆਪਣਾ ਆਪ ਕੁਰਬਾਨ ਕਰਨਾ ਇਹੀ ਗੁਰੂ ਸਾਹਿਬ ਨੇ ਸਿਖਾਇਆ ਪਰ ਉਸ ਦੇ ਨਾਲ ਇੱਕ ਹੋਰ ਫਰਜ਼ ਵੀ ਹੈ ਕਿ ਆਪਣੇ ਅਸੂਲਾਂ ਦੇ ਉੱਤੇ ਵੀ ਕਾਇਮ ਰਹਿਣਾ ਉਹ ਤਾਂ ਹੀ ਕਰ ਸਕੇਗਾ ਜੇ ਉਹ ਆਪਣੇ ਅਸੂਲਾਂ ਦੇ ਉੱਤੇ ਕਾਇਮ ਹੋਏਗਾ ਸੋ ਇਹ ਅੱਜ ਦਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਦੇ ਵਿੱਚ ਇਹ ਸਮਰਪਿਤ ਪ੍ਰੋਗਰਾਮ ਉਹਨਾਂ ਦੀ ਸ਼ਹਾਦਤ ਅੱਜ ਉਹਨਾਂ ਦਾ ਸ਼ਹੀਦੀ ਦਿਵਸ ਹੈ ਜਸ ਪੰਜਾਬੀ ਅਦਾਰੇ ਵੱਲੋਂ ਇਹ ਪ੍ਰੋਗਰਾਮ ਪੇਸ਼ ਕੀਤਾ ਗਿਆ ਅਸੀਂ ਆਪਦੀਆਂ ਕੁਝ ਕਾਲਸ ਲਵਾਂਗੇ ਔਰ ਕਾਲਸ ਲੈਂਦਿਆਂ ਸਾਡੀ ਬੇਨਤੀ ਹੋਏਗੀ ਬਾਰ-ਬਾਰ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣੇ ਟੀਵੀ ਦੀ ਆਵਾਜ਼ ਬਿਲਕੁਲ ਬੰਦ ਕਰ ਦਿਆ ਕਰੋ ਔਰ ਦਿੱਤੇ ਹੋਏ ਨੰਬਰਾਂ ਤੇ ਕਾਲ ਜ਼ਰੂਰ ਕਰੋ ਪਰ ਤੁਸੀਂ ਉਹ ਟੀਵੀ ਦੀ ਆਵਾਜ਼ ਜ਼ਰੂਰ ਬੰਦ ਕਰੋ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 7187865221 ਤੇ ਪਰ ਗੱਲ ਕਰਨ ਲਈ ਤੁਸੀਂ ਆਵਾਜ਼ ਬੰਦ ਕਰਕੇ ਗੱਲ ਕਰ ਸਕੋਗੇ ਹੈਲੋ ਹੈਲੋ ਹਾਂਜੀ ਹਾਂਜੀ ਕੌਣ ਬੋਲ ਰਹੀ ਸੀ ਮੈਂ ਰਗਵਿੰਦਰ ਸਿੰਘ ਲੁਬਾਣਾ ਬੋਲ ਰਿਆਂ ਦੀ ਹਾਂਜੀ ਹਾਂਜੀ ਲੁਬਾਣਾ ਜੀ ਜੀ ਆਏ ਨੂੰ ਸਾਬਾਏ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਅੱਜ ਦੇ ਬੜੇ ਬੜੇ ਪਿਆਰੇ ਵਿਚਾਰ ਸੀ ਜੀ ਤੇ ਬੜੇ ਪਿਆਰ ਨਾਲ ਸੁਣ ਰਹੇ ਆ ਜੀ ਤੇ ਇੱਕ ਗੱਲ ਕਹਿਣੀ ਨਿਕਿਆ ਜਿਹੜਾ ਗੁਰੂ ਦੇ ਤੇਗ ਬਾਦ ਦੇ ਸ਼ੀਧੀ ਸੀ ਆ ਇਹ ਤੇ ਖਾਸ ਕਰਕੇ ਪੜਤਾ ਔਰ ਹਿੰਦੂਆਂ ਨੂੰ ਹਿੰਦੁਸਤਾਨ ਦੇ ਵਿੱਚ ਸਭ ਤੋਂ ਪਹਿਲਾਂ ਮਨਾਣੀ ਚਾਹੀਦੀ ਸਿੱਖਾ ਨਾਲ ਜੀ ਪਰ ਇਹ ਕਦੀ ਸੁਣਿਆ ਨਹੀਂ ਨਾ ਇਹ ਦੇਖਿਆ ਜੀ ਜੀ ਤੇ ਬਾਕੀ ਤੁਸੀਂ ਜੋ ਕਹਿ ਰਹੇ ਸੀ ਆ ਕਿ ਦਿੱਲੀ ਗਏ ਨੇ ਜੀ ਇਹ ਮੈਂ ਅੱਜ ਹੀ ਸੁਣਿਆ ਹੈ ਕਿ ਦਿੱਲੀ ਇਹਨਾਂ ਦੇ ਨਾਲ ਪੰਜ ਸਿੰਘ ਗਏ ਸੀ ਜੀ 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 ਭਾਈ ਸਤੀਦਾਸ ਭਾਈ ਮਤੀਦਾਸ ਭਾਈ ਬਿਆਲਾ ਜੀ ਭਾਈ ਜਤਾ ਜੀ ਤੇ ਭਾਈ ਆਗਿਆਰਾਮ ਜੀ 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 ਤੇ ਭਾਈ ਆਗਿਆਰਾਮ ਜਿਹੜੇ ਉਹਨਾਂ ਨੂੰ ਉੱਥੇ ਉਹਨਾਂ ਦਾ ਹੂ ਹੂ ਗੁਰਤੇਬਾਦੀ ਦਾ ਚਿਹਰਾ ਮਿਲਦਾ ਸੀ ਜੀ 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 ਦਾ ਗੁਰਗਬੇਸੰ ਦਾ ਚਿਹਰਾ ਭਾਈ ਸੰਗਤ ਜੀ ਨਾਲ ਮਿਲਦਾ ਸੀ ਹਾਂਜੀ 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 ਤੇ ਇਹ ਅੱਜ ਇੱਕ ਗਿਆਨੀ ਉਥੋਂ ਕਰ ਰਹੇ ਸੀ ਕਥਾ ਆਪਣੇ ਲੁਧਿਆਣਾ ਤੋਂ ਹਾਂਜੀ ਉਹ ਮੱਕਾफी ਘੰਟਾ ਸੁਣੀ ਹੈ ਤੇ ਉਹਨਾਂ ਨੇ ਅੱਜ ਸੁਣਾਇਆ ਹਨ ਠੀਕ ਹੈ ਜੀ ਠੀਕ ਹੈ ਅਸਲੀਆ ਸੁਣਿਆ ਹੈ ਤੁਹਾਡੇ ਕੋਲ ਤੇ ਬਹੁਤ ਨੌਲੇਜ ਹੈ ਲੰਬਾ ਸਾਹਿਬ ਨਹੀਂ ਕੋਈ ਜ਼ਰੂਰੀ ਨਹੀਂ ਹੁੰਦਾ ਬਹੁਤ ਹੁੰਦੀ ਹੈ ਸਭ ਕੁਝ ਨਹੀਂ ਹੁੰਦਾ ਬਹੁਤ ਔਰ ਸਭ ਕੁਝ ਬੜਾ ਫਰਜ਼ ਹੁੰਦਾ ਹੈ ਫਰਕ ਹੁੰਦਾ ਹੈ ਸੋ ਤੁਸੀਂ ਅਗਰ ਕੋਈ ਸਾਂਝੀ ਕਰਦੇ ਹੋ ਸਾਨੂੰ ਬੜੀ ਖੁਸ਼ੀ ਹੈ ਅਗਰ ਗੱਲ ਮਕਸਦ ਹੈ ਬਾਕੀ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਦੂਸਰਿਆਂ ਨੂੰ ਮਨਾਣਾ ਚਾਹੀਦਾ ਹੈ ਅਸੀਂ ਆਪਣਾ ਫਰਜ਼ ਪੂਰਾ ਕਰੀਏ ਗੁਰੂ ਸਾਹਿਬ ਨੇ ਦੂਸਰੇ ਉਸ ਦੇ ਲਈ ਕੀ ਇਬਜ਼ਾਨਾ ਦਿੰਦੇ ਹੈ ਨਹੀਂ ਦਿੰਦੇ ਇਸ ਸੀਨਾ ਸੋਚੀਏ ਅਸੀਂ ਆਪਣਾ ਫਰਜ਼ ਪੂਰਾ ਕਰੀਏ ਜਿਹੜੀ ਪੂਰੀ ਇਨਸਾਨੀਅਤ ਲਈ ਸਿੱਧੀ ਜਿਹੜੀ ਇਹਨਾਂ ਵਾਸਤੇ ਦਿੱਤੀਆਂ ਹਿੰਦੂਆਂ ਵਾਸਤੇ ਹੀ ਜੀ ਜੀ ਉਹ ਗੁਰੂ ਸਾਹਿਬ ਨੇ ਖੁਦ ਕਹੇ ਤਿਲਕ ਜੰਜੂ ਰੱਖ ਆਖਾ ਪਰਮਤਾ ਕੋਦੇ ਚ ਕੋਈ ਦੁਬਦਾ ਨਹੀਂ ਪਰ ਉਸ ਦਾ ਗਿਲਾ ਨਹੀਂ ਉਹਦੀ ਕੀਮਤ ਅਸੀਂ ਨਹੀਂ ਵਸੂਲ ਕਰਦੇ ਇਸੇ ਅਸੀਂ ਕਹਿ ਰਿਹਾ ਕਿ ਇਹਨਾਂ ਨੂੰ ਨਾਲ ਜੇ ਨਹੀਂ ਤਾਂ ਨਾਲ ਮਿਲ ਕੇ ਬਣਾਉਣਾ ਚਾਹੀਦਾ ਚਲੋ ਉਹਨਾਂ ਨੂੰ ਚਾਹੀਦਾ ਅਸੀਂ ਵੀ ਕੋਸ਼ਿਸ਼ ਕਰੀਏ ਮਿਲਾ ਕੇ ਗੱਲ ਕਰੀਏ ਤੇ ਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਹੈਲੋ ਹਾਂਜੀ ਕੌਣ ਬੋਲ ਰਹੀ ਸੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੌਣ ਬੋਲ ਰਹੀ ਸੀ ਹਾਂਜੀ ਮੈਂ ਅਵਧਾਰ ਸਿੰਘ ਬੋਲਦਾ ਹਾਂ ਹਾਂਜੀ ਕਿੱਥੋਂ ਵੀਰ ਜੀ ਹਾਂਜੀ ਮੈਂ ਕੈਲੀਫੋਰਨੀਆ ਤੋਂ ਬੋਲ ਰਿਹਾ ਜੀ ਹਾਂਜੀ ਅਵਧਾਰ ਸਿੰਘ ਜੀ ਤੁਸੀਂ ਲਾਈਨ ਤੇ ਹੋ ਹੁਕਮ ਕਰੋ ਹਾਂਜੀ ਹੁਕਮ ਅਸੀਂ ਇਹ ਕਰ ਰਹੇ ਹਾਂ ਜੀ ਅਸੀਂ ਬਹੁਤ ਟਾਈਮ ਤੋਂ ਟੀਵੀ ਦੇਖਿਆ ਰਿਆ ਹਾਂ ਸਾਈਡੋਂ ਥੋੜਾ ਸੁਣਦੇ ਸੀਗੇ ਜੀ ਜਦੋਂ ਉਹਨਾਂ ਨੂੰ ਸੱਚੀ ਗੱਲ ਸੁਣਾਉਂਦੇ ਆ ਜੀ ਉਹ ਟੀਵੀ ਬੰਦ ਕਰ ਦਿੰਦੇ ਆ ਮੈਂ ਤਾਂ ਨਹੀਂ ਕੀਤਾ ਬੰਦ ਜੇ ਤੁਸੀਂ ਕੋਈ ਗੱਲ ਉਹਨਾਂ ਨੂੰ ਕਹਿ ਦਿੰਦੇ ਹੋਣੇ ਐਸੀ ਗੱਲ ਨਹੀਂ ਕਿ ਟੀਵੀ ਦੀ ਨਹੀਂ ਨਹੀਂ ਇਦਾਂ ਨਹੀਂ ਕਰ ਸਕਦੇ ਇਹ ਇਦਾਂ ਨਹੀਂ ਹੋ ਸਕਦਾ ਭੁਲੇਖਾ ਲੱਗਾ ਹੋਣਾ ਕਿਉਂਕਿ ਇਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੱਲਾ ਮੇਰਾ ਨਹੀਂ ਜੀ ਹੋਰਾਂ ਨੇ ਮੈਂ ਦੇਖਿਆ ਉਹ ਜਦੋਂ ਨਾਲ ਕੋਈ ਗੱਲ ਬਤਾ ਸਿੰਘ ਹੋਰ ਕੋਈ ਕਹਿ ਰਿਹਾ ਵੀ ਐ ਇਦਾਂ ਨਹੀਂ ਇਦਾਂ ਹੋਣੀ ਚਾਹੀਦੀ ਆ ਉਹ ਲੋਰ ਟੀਵੀ ਵਾਲ ਉਸੇ ਟਾਈਮ ਉਹਨਾਂ ਹੀ ਕਾਲ ਬੰਦ ਕਰ ਦਿੰਦੇਗੇ ਜੇ ਕੋਈ ਹੋਰ ਸਿੰਘ ਕੋਈ ਗੱਲ ਕਰਦੇ ਹੋਣਗੇ ਉਹ ਦਵਾ ਦਵਾ ਉਹਨਾਂ ਦਾ ਕਾਲ ਸੁਣ ਲਗੇ ਚਲੋ ਤੁਸੀਂ ਅ ਅੱਜ ਗੱਲ ਇਹ ਹੈ ਤੁਹਾਡੇ ਸੁਨੇਹਾ ਉਹਨਾਂ ਨੂੰ ਦੇ ਦੇਵਾਂਗੇ ਬਾਕੀ ਜੇ ਇਸ ਪ੍ਰੋਗਰਾਮ ਬਾਰੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ ਆਇਆਂ ਨੂੰ जी ठीक है जी बहुत बहुत धन्यवाद थोड़ा थैंक यू हेलो हेलो लांबा साहब जी सत मैं इंद्रदीप सिंह बोल रहा जी डिट्रॉइट तो हाँ जी सर जी थोड़ा तो प्रोग्राम रेगुलरली फॉलोअप करने लांबा साहब एंड यू आर डूइंग अ फाइन जॉब जी जी अच्छा मजबून से रोज चूज कर दे जी जी और आज रात मजबून बड़ी ऊंची कोट है और लोग आई थिंक ख्याल नहीं करते अगर ਇਹ ਜਿਹੜਾ ਸਾਈਕਲਰ ਕੰਟਰੀ ਤੁਸੀਂ ਜਿਹੜੀ ਫਾਊਂਡੇਸ਼ਨ ਜੜੀ ਹੈਗੀ ਹੈ ਗੁਰੂ ਹਾਂਜੀ ਸਾਹਿਬਾਦ ਸਾਹਿਬ ਨੇ ਆਪਣੀ ਸ਼ਹੀਦੀ ਨਾਲ ਰੱਖੀ ਹੈ ਸੋ ਇਟ ਇਜ਼ ਅ ਬਰੀ ਟਾਈਮਲੀ ਟਾਪਿਕ ਐਂਡ ਯੂ ਡਿਡ ਅ ਵੈਰੀ ਗੁੱਡ ਜੌਬ ਬਿਲਕੁਲ ਜੀ ਗੱਲ ਇਹ ਹੈ ਕਿ ਪੰਜਾਬ ਜਿੰਦਾ ਗੁਰਾਂ ਦੇ ਨਾਂ ਤੇ ਗੁਰੂ ਸਹਿਬਾਨ ਦੀ ਜਿਹੜੀ ਦੇਣ ਹੈ ਉਸ ਧਰਤੀ ਲਈ ਇਸ ਸਾਰੇ ਖਿੱਤੇ ਲਈ ਉਹ ਉਸ ਦੀ ਕੀਮਤ ਕੋਈ ਅਦਾ ਕਰ ਹੀ ਨਹੀਂ ਸਕਦਾ ਗੁਰੂ ਸਾਹਿਬ ਨੇ ਤੇ ਆਪਣਾ ਸਾਰਾ ਕੁਝ ਵਾਰ ਕੇ ਕਿ ਉਹਨਾਂ ਨੇ ਸਿਰਫ ਕਿਸੇ ਕਿਸੇ ਇਹ ਚੀਜ਼ ਨੂੰ ਹਾਸਲ ਕਰਨ ਲਈ ਨਹੀਂ ਸੀ ਬਲਕਿ ਇਨਸਾਨੀ ਕਦਰਾਂ ਕੀਮਤਾਂ ਔਰ ਸਾਰੀ ਮਾਨਵਤਾ ਲਈ ਉਹਨਾਂ ਦਾ ਸਾਰਾ ਕੁਝ ਸੀ ਤੋ ਇਸ ਕਰਕੇ ਇਹ ਤੇ ਸਾਨੂੰ ਬਹੁਤ ਫਖਰ ਹੋਣਾ ਚਾਹੀਦਾ ਪਰ ਜਾਪਦਾ ਹੈ ਸਾਨੂੰ ਆਪ ਨਹੀਂ ਮਹਿਸੂਸ ਹੋਇਆ ਕਿ ਸਾਡੇ ਕੋਲ ਕਿੰਨਾ ਕੀਮਤੀ ਖਜ਼ਾਨਾ ਹੈ ਅਸੀਂ ਉਸ ਦਾ ਲਾਭ ਨਹੀਂ ਉਠਾ ਸਕੇ ਅਸੀਂ ਵੰਡਣਾ ਤਾਂ ਕੀ ਸੀ ਅਸੀਂ ਖੁਦ ਵੀ ਉਸ ਤੋਂ ਸਰਸ਼ਾਰ ਨਹੀਂ ਹੋ ਸਕੇ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਬਿਲਕੁਲ ਜੀ ਕੋਈ ਮਨ ਟ੍ਰੈਡੀਸ਼ਨ ਚਾਲੂ ਹਾਲਾਂਕਿ ਅਰਜੁਨ ਗੁਰੂ ਅਜੰਡਾ ਜੋ ਟ੍ਰੈਡੀਸ਼ਨ ਚਾਲੂ ਹੋਇਆ ਔਰ ਅੱਗੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਤੇ ਔਰ ਆਪਣੇ ਸਾਧਿਆਨ ਨੂੰ ਵਾਰ ਕੇ ਹਾਂਜੀ ਕੀ ਕੀ ਮਿਸਾਲ ਕਾਇਮ ਕੀਤੀ ਹੈ ਦੁਨੀਆ ਦੇ ਉਸ ਤੇ ਦੇਖੋ ਗੁਰੂ ਨਾਨਕ ਸਾਹਿਬ ਨੂੰ ਵੀ ਜੇਲ੍ਹ ਜਾਣਾ ਪਿਆ ਸਿਰਫ ਇਸੇ ਕਰਕੇ ਔਰ ਕੋਈ ਕਾਰਨ ਨਹੀਂ ਸੀ ਉਹਨਾਂ ਨੇ ਵੀ ਤੇ ਮਾਨਵਤਾ ਦੀ ਖਾਤਰ ਅਗਰ ਗੁਰੂ ਨਾਨਕ ਸਾਹਿਬ ਵਰਗੀ ਸ਼ਖਸੀਅਤ ਨੂੰ ਵੀ ਚੱਕੀ ਪੀਸਣੀ ਪਈ ਤੇ ਇਹ ਕੋਈ ਮਾਮੂਲੀ ਗੱਲ ਨਹੀਂ ਸੀ ਬੁਨਿਆਦ ਗੁਰਨਾਨਕ ਸਾਹਿਬ ਨਹੀਂ ਰੱਖੀ ਸੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਧੰਨਵਾਦ ਤੁਹਾਡਾ ਜੀ ਥੈਂਕ ਯੂ ਐਂਡ ਯੂ ਡੂਇੰਗ ਅ ਫਾਈਨ ਜੌਬ ਗੁੱਡ ਸਰ ਥੈਂਕ ਯੂ ਹੈਲੋ 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 ਹਾਂਜੀ ਤੁਸੀਂ ਲਾਈਨ ਤੇ ਹੋ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੌਣ ਬੋਲ ਰਹੀ ਜੀ ਹਾਂਜੀ ਜਸਪ੍ਰੀਤ ਬੋਲ ਰਹੀ ਹਾਂ ਹਾਂਜੀ ਹਾਂਜੀ ਵੀਰ ਜੀ ਕੁਝ ਕਿਹਾ ਬਦਸ਼ ਆ ਤੁਸੀਂ ਜੀ ਦੱਸਦੇ ਜੀ ਐਕੁਆਰੀ ਬੇਰੀ ਮਾਲਾ ਛੜਪ ਲੱਗ ਗਈ ਨਾ ਹਿੰਦੂ ਵੀਪਲ ਨਾ ਕਿਹਦੇ ਨਾਲ ਹਿੰਦੂ ਵੀਪਲ ਨਾ ਏਦਾਂ ਨਾ ਕਰਿਆ ਕਰੋ ਕਿਉਂਕਿ ਮੈਂ ਉਸ ਕੰਮ ਤੇ ਇਕੱਲਾ ਹੀ ਸਹਿ ਕੰਮ ਕਰ ਰਿਹਾ ਹਾਂ ਹਾਂ ਜੀ ਗੱਲ ਕੀ ਹੋਈ ਉਹ ਕਿਤੇ ਮੈਨੂੰ ਕਹਿ ਬੈਠੇ ਕਿ ਬੋਖਰਾ ਦਾੜੀ ਹਾਂ ਜੀ ਮੈਨੂੰ ਕਹਿ ਬੈਠੇ ਬੋਖਰਾ ਦਾੜੀ ਹਾਂ ਜੀ ਉਹਕੇ ਬੋਖੜਾੜੀ ਉਹ ਕਹਿੰਦੇ ਬੱਕਰੀ ਦਾੜੀ ਹਾਂਜੀ ਮੈਂ ਉਹਨਾਂ ਨੂੰ ਕਿਹਾ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਨਾ ਹੁੰਦੇ ਹਾਂਜੀ ਸਾ ਤੁਸੀਂ ਅੱਜ ਸਾਹਿਬ ਮੁ슬ਮਾਨ ਹੁੰਦੇ ਜੀ ਸਾ ਤੁਸੀਂ ਛਾਟੇ ਦੇ ਬਾਰੇ ਕੀ ਵਿਚਾਰ ਦੇਖੋ ਗੱਲ ਇਹ ਹੈਗੀ ਵੀਰ ਜੀ ਕਿ ਕੋਈ ਨਿੱਜੀ ਤੌਰ ਦੇ ਉੱਤੇ ਅਗਰ ਕੋਈ ਇਦਾਂ ਦੇ ਲਫ਼ਜ਼ ਬੋਲਦਾ ਹੈ ਕੋਈ ਇਹ ਨਹੀਂ ਕਿ ਉਹਨਾਂ ਨੇ ਕਿ ਜੇ ਸਾਡੇ ਵਿੱਚੋਂ ਵੀ ਕੋਈ ਬੋਲਦਾ ਹੈ ਜਾਂ ਹੋਰ ਕੋਈ ਕਹਿੰਦਾ ਹੈ ਇਹਦਾ ਮਤਲਬ ਉਹ ਵਿਚਾਰਾ ਉਸਦੇ ਤੇ ਤਰਸ ਕਰਨ ਯੋਗ ਹੈ ਕਿ ਉਸ ਨੂੰ ਆਪਣੇ ਵਿਰਸੇ ਦਾ ਨਹੀਂ ਪਤਾ ਨਹੀਂ ਕਾਜ ਕੀਤਾ ਮੈਂ ਸਮਝ ਗਿਆ ਉਹ ਦੇਖੋ ਕਿਸੇ ਨਿੱਜੀ ਮੈਂ ਸਮਝ ਗਿਆ ਭਾਈ ਸਾਹਿਬ ਮੈਂ ਉਹੀ ਅਰਸ਼ ਕਰ ਰਿਹਾ ਕਿ ਨਿੱਜੀ ਤੌਰ ਦੇ ਉੱਤੇ ਅਗਰ ਕੋਈ ਬੰਦਾ ਕਰ ਰਿਹਾ ਹੈ ਤੇ ਇਹ ਉਹਦੀ ਬਦਕਿਸਮਤੀ ਹੈ ਉਹਨੂੰ ਕਿਸੇ ਹੋਰ ਢੰਗ ਨਾਲ ਲੈ ਕੇ ਬਲਕਿ ਉਹਨੂੰ ਕਿਸੇ ਪੂਰੀ ਦੀ ਪੂਰੀ ਸਮੁੱਚੀ ਫਿਰਕੇ ਨਾਲ ਹੀ ਉਹਦੀ ਕਮਿਊਨਿਟੀ ਨਾਲ ਨਹੀਂ ਜੋੜਿਆ ਜਾ ਸਕਦਾ ਦੇਖੋ ਚੰਗੇ ਔਰ ਮਾੜੇ ਹਰ ਥਾਂ ਹੋਣਗੇ ਅਗਰ ਉਸ ਬੰਦੇ ਨੂੰ ਤੁਸੀਂ ਅਗਰ ਸਮਝਾ ਸਕੋ ਪਿਆਰ ਨਾਲ ਸਮਝਾ ਸਕੋ ਦੱਸ ਸਕੋ ਤੇ ਇਹ ਸਾਡਾ ਫਰਜ਼ ਹੈ ਬਲਕਿ ਹਾਂ ਜੀ 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 ਮੈਂ ਕਹਿੰਦਾ ਲਾ ਪਾ ਤਾ ਹੂੰ ਆਪ ਕੀ ਆ ਬਾਤ ਰਹੂ ਤਬ ਕੀ ਹਾਂ ਹਾਂ ਜਦ ਹੀ ਨਾ ਹੋਤੇ ਗੋਵਿੰਦ ਸਿੰਘ ਹਾਂ ਜੀ ਤਾਂ ਸੁਣਨੇ ਕੋਤੀ ਸਾ ਇਹ ਬੁੱਲੇ ਸ਼ਾਹ ਦਾ ਇਹ ਉਹਨਾਂ ਦਾ ਬੁੱਲੇ ਸ਼ਾਹ ਦਾ ਹੈਗਾ ਸੋ ਇਹ ਤੇ ਇਤਿਹਾਸ ਹੈ ਇਹਦੇ ਵਿੱਚ ਕੋਈ

ਹਾਂਜੀ ਹਾਂਜੀ ਕੌਣ ਬੋਲ ਰਹੀ ਜੀ ਦੱਸੋ ਯੂ ਆਰ ਆਨਲਾਈਨ ਮੈਂ ਜੀ ਕੁਲਦੀਪ ਸਿੰਘ ਬੋਲਦਾ ਜੀ ਕਿੱਥੋਂ ਵੀਰ ਜੀ ਜੱਸ ਜੀ ਬੋਲਦਾ ਜੀ ਹਾਂਜੀ ਹਾਂਜੀ ਕੁਲਦੀਪ ਸਿੰਘ ਜੀ ਹੁਕਮ ਕਰੋ ਹਾਂਜੀ ਉਹ ਪੁੱਛਣਾ ਸੀ ਮਤਲਬ ਕਿੱਦਾਂ ਫਿਰ ਪ੍ਰੋਫੈਸਰ ਸਾਹਿਬ ਵਾਲੀ ਮੂਵੀ ਦਾ ਕੀ ਬਣਿਆ ਜੀ ਹੁਣ ਅਸੀਂ ਪ੍ਰੋਫੈਸਰ ਸਾਹਿਬ ਤੇ ਮੂਵੀ ਲੈ ਆਈਏ ਗੱਲ ਇਹ ਹੈ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੋਏ ਉਸ ਦੇ ਉੱਤੇ ਆਪਾਂ ਗੱਲ ਕਰੀਏ ਜ਼ਿਆਦਾ ਚੰਗਾ ਨਹੀਂ ਕਿਉਂਕਿ ਉਹ ਵਿਸ਼ਾ ਨਹੀਂ ਭਾਈ ਸਾਹਿਬ ਬਿਲਕੁਲ ਕਲੀਅਰ ਹੈ ਜੋ ਕੁਛ ਉਹਨਾਂ ਨੂੰ ਸੀ ਉਹਨਾਂ ਨੇ 71 ਮਿੰਟ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਆਪਣਾ ਪੱਖ ਰੱਖ ਦਿੱਤਾ ਇਥੋਂ ਦੀ ਸੰਗਤ ਨੇ ਨਿਊਯਾਰਕ ਦੀ ਸਾਰੀ ਸੰਗਤ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜ ਦਿੱਤਾ ਹੈ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਕੋਲ ਹੈ 5 ਦਸੰਬਰ ਨੂੰ ਉਹਨਾਂ ਨੇ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਵੀ ਸੱਦਿਆ ਸੋ ਬਤੌਰੇ ਸਿੱਖ ਦੇ ਸ੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ ਸੁਪਰੀਮ ਹੈ ਉਹ ਸਾਡੇ ਸਾਰਿਆਂ ਦੇ ਮੰਨਣ ਯੋਗ ਹੈ ਉਸ ਦੇ ਤੇ ਕੋਈ ਸਿੱਖ ਜੋ ਹੈ ਕਿੰਤੂ ਪਰੰਤੂ ਨਹੀਂ ਕਰ ਸਕਦਾ ਪਹਿਲਾਂ ਕਿਤਾਜੀ ਸਾਡਾ ਹੀ ਸੀਗਾ ਪਹਿਲਾਂ ਕਿਤਾ ਦਿਖਾਇਆ ਹੈ ਹਾਂਜੀ ਪਹਿਲਾਂ ਕਿਤਾ ਦਿਖਾਇਆ ਨਹੀਂ ਬਿਲਕੁਲ ਅਗਰ ਉਹ ਸੀਗਾ ਕਿਸੇ ਨੇ ਕੋ ਗੱਲ ਕੀਤੀ ਹੈ ਚੈਨਲ ਦਾ ਫਰਜ਼ ਹੈ ਕੋਈ ਵੀ ਘਟਨਾ ਹੁੰਦੀ ਹੈ ਦਿਖਾਇਆ ਔਰ ਅਗਲੇ ਨੂੰ ਮੌਕਾ ਦਿੰਦਾ ਹੈ ਕਿ ਤੁਸੀਂ ਆ ਕੇ ਆਪਣਾ ਪੱਖ ਰੱਖੋ ਦੋਨੋਂ ਪੱਖ ਹੋ ਗਏ ਜਿਹੜਾ ਤੁਹਾਨੂੰ ਪਰਸੋਂ ਮੂਵੀ ਦਿਖਾਈ ਹੈ ਚੈਨਲ ਉਹ ਵੀ ਪਰਸੋਂ ਦਾ ਹੈ ਵੀ ਆਹ ਮੂਵੀ ਆ ਕਿਹੜੀ ਜੀ ਜਿਹੜਾ ਪਰਸੋਂ ਗੁਰੂ ਘਰ ਦੇਖਤੀ ਆ ਮੈਂ ਮੈਂ ਨਹੀਂ ਮੈਂ ਕੋਈ ਕੋਈ ਮੂਵੀ ਨਹੀਂ ਦੇਖੀ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਅਸੀਂ ਫਿਰ ਜਿਹੜਾ ਜਿਹੜਾ ਮਾੜਾ ਚੰਗਾ ਨਹੀਂ ਕੋਈ ਤੁਹਾਡੇ ਕੋਲ ਹੈ ਕੁਝ ਵੀ ਠੀਕ ਹੈ ਸੋ ਤੁਹਾਡਾ ਤੁਹਾਡਾ ਜਿਹੜਾ ਕੇਸ ਹੈ ਉਹ ਪ੍ਰੋਫੈਸਰ ਸਾਹਿਬ ਦਾ ਕੇਸ ਅਕਾਲ ਤੱਕ ਸਭ ਕੋਲ ਮਾਮਲਾ ਹੈ ਹਰ ਸਿੱਖ ਦਾ ਫਰਜ਼ ਹੈ ਕਿ ਉਸ ਦਾ ਇੰਤਜ਼ਾਰ ਕਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਹੈਲੋ ਹੈਲੋ ਸਰ ਜੀ ਸਤਿ ਸ੍ਰੀ ਅਕਾਲ ਹਾਂ ਜੀ ਭਾਈ ਇਹ ਗੁਰਦੇਵ ਜੀ ਨੇ ਮੋਕ ਪ੍ਰਵਾਣੀ ਕੀਤੀ ਹੈ ਇਹ ਹਿੰਦੂ ਦੇ ਲਾਅ ਲਈ ਕੀਤੀ ਹੈ ਜਨਮ ਅਲਾਪ ਕਰਵਾਣੀ ਕੀਤੀ ਸੀ ਗੱਲ ਇਹ ਐ ਇਹ ਨਾ ਵੀਰ ਜੀ ਅਸੀਂ ਕਈ ਵਾਰੀ ਦਾ ਬ੍ਰਾਡਰ ਤਰੀਕੇ ਦੇ ਨਾਲ ਤੇ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖੁਦ ਲਿਖਿਆ ਧਰਮ ਹੇਤ ਸਾਕਾ ਜਨਕੀਆ ਧਰਮ ਦੀ ਖਾਤਰ ਕੀਤੀ ਪਰ ਜਿਹੜਾ ਉਹਦਾ ਇਮੀਡੀਏਟ ਕਾਸ ਸੀਗਾ ਕਿਉਂਕਿ ਉਸ ਵੇਲੇ ਦੀ ਵਕਤੀ ਸਰਕਾਰ ਦੂਜਿਆਂ ਦੇ ਹਿੰਦੂਆਂ ਦੇ ਧਾਰਮਿਕ ਚਿੰਨ੍ਹਾਂ ਦੀ ਨਰਾਦਰੀ ਕਰ ਰਹੀ ਸੀ ਇਜਾਜ਼ਤ ਨਹੀਂ ਸੀ ਦੇ ਰਹੀ ਸੋ ਉਹ ਜਿਹੜਾ ਸੀ ਉਹਦੀ ਖਾਤਰ ਗੁਰੂ ਸਾਹਿਬ ਦੀ ਸ਼ਹਾਦਤ ਹੋਈ ਜਿਹਨੂੰ ਗੁਰੂ ਸਾਹਿਬ ਨੇ ਖੁਦ ਲਿਖਿਆ ਤਿਲਕ ਜੰਜੂਰਾਖਾ ਬ੍ਰਭਤਾंका ਇਦੇ ਵਿੱਚ ਕੋਈ ਦੁੱਬਦਾ ਨਹੀਂ ਅੱਜ ਕੋਈ ਦਸਤਾਰ ਦੀ ਉੱਤੇ ਕੋਈ ਕੁਰਬਾਨੀ ਦਿੰਦਾ ਹੈ ਜਾਂ ਦਸਤਾਰ ਦੀ ਲੜਾਈ ਛੇੜਦਾ ਤਾਂ ਦਸਤਾਰ ਦੀ ਲੜਾਈ ਵੀ ਹੈ ਔਰ ਧਰਮ ਦੀ ਲੜਾਈ ਵੀ ਹੈ ਇਹਨੂੰ ਇਹ ਸਮਝਣ ਦੀ ਲੋੜ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਹੈਲੋ ਹੈਲੋ ਭਾਈ ਜੀ ਕੋਈ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਕੌਣ ਬੋਲ ਰਹੀ ਜੀ ਜੀ ਮੇਕੀ ਜੀ ਸਿੰਘ ਬੋਲਦਾ ਜੀ ਹਾਂਜੀ ਕਿੱਥੋਂ ਵੀਰ ਜੀ ਅਸੀਂ ਕੈਨਫੋਨ 'ਚੋਂ ਬੋਲਦਾ ਜੀ ਹਾਂਜੀ ਹਾਂਜੀ ਵੀਰ ਜੀ ਹੁਕਮ ਕਰੋ हां जी ओ अਸੀਂ ਇਹ ਪੁੱਛਣਾ ਸੀ ਜਿਹੜੀ ਪ੍ਰੋਵਿੰਸ਼ਰ ਦਸਤਿੰਗ ਦੀ ਮੀਟਿੰਗ ਸੀ ਜੀ ਹਾਂ ਜੀ ਵੀ ਉਹਨਾਂ ਬਾਰੇ ਕੋਈ ਦੂਰੀਆ ਪ੍ਰੋਗਰਾਮ ਪੰਜ ਤਰੀਕ ਤੋਂ ਬਾਅਦ ਰੱਖਿਆ ਜਾਵੇ ਅ ਵੀਰ ਜੀ ਇਸ ਤਰ੍ਹਾਂ ਹੈਗਾ ਪ੍ਰੋਗਰਾਮ ਜਿਹੜਾ ਨਾ ਉਹਦਾ ਪ੍ਰੋਗਰਾਮ ਦਾ ਸੀਨ ਇੱਥੋਂ ਸ਼ਿਫਟ ਹੋ ਕੇ ਅੰਮ੍ਰਿਤਸਰ ਸਾਹਿਬ ਚਲਾ ਗਿਆ ਹੁਣ ਅਗਲਾ ਜਿਹੜਾ ਉਹਦਾ ਪ੍ਰੋਗਰਾਮ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਏਗਾ ਉਸਦੇ ਬਾਅਦ ਜੇ ਲੋੜ ਹੋਏਗੀ ਤੇ ਫਿਰ ਇੱਥੇ ਹੋਏਗਾ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈਲੋ ਹੈਲੋ ਖੰਜੀਵਾਖਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਸਾਹਿਬ ਮੈਂ ਜਗਦੇਸ਼ ਸਿੰਘ ਕਰਮਟੂ ਬੋਲਦਾ ਹਾਂਜੀ ਹਾਂਜੀ ਵੀਰ ਜੀ ਹਾਂਜੀ ਭਾਈ ਸਾਹਿਬ ਜਿਹੜੇ ਭਾਈ ਸਾਹਿਬ ਅੱਗੇ ਪਹਿਲਾਂ ਮੈਂ ਕਾਲ ਕੀਤੀ ਸੀ ਇਹਨਾਂ ਨੇ ਵੀ ਸਾਨੂੰ ਦਾੜੀ ਬਾਰੇ ਇਦਾਂ ਕਿਹਾ ਇਦਾਂ ਕਿਹਾ ਹਾਂਜੀ 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 ਸੰਤ ਜਨਰਲ ਸਿੰਘ ਭੰਡਰਾਲੇ ਇਹਨੇ ਨਿਕੇ ਨਿਕੇ ਸੀ ਇਹ ਮੈਂ ਕਥਾ ਸੁਣਦੇ ਸੀ ਹਾਂਜੀ ਉਹਨਾਂ ਨੇ ਕਿਹਾ ਸੀ ਮਹਾਰਾਜ ਹਿਜੂਰੀ ਦੇ ਵਿੱਚ ਜੋ ਬੈਠੇ ਉਹ ਕੋਈ ਵੱਡੇ ਤੋਂ ਵੱਡਾ ਲੀਡਰ ਆ ਜਾਣਾ ਹੂੰ ਹੂੰ ਵੀ ਤੁਸੀਂ ਉੱਠ ਕੇ ਨਹੀਂ ਖਾਣ ਨਾ ਹਾਂਜੀ ਹਾਂਜੀ ਜਦੋਂ ਉਧਰੋਂ ਦੇਖ ਲੈ ਕੇ ਆ ਰਹੇ ਸਾਰੇ ਉੱਠ ਕੇ ਖੜ ਗਿਆ ਕੋਈ ਨਵਾਨਾ ਜੀ ਸਿੰਘ ਬੈਠਾ ਸੀ ਸੰਤਨ ਉਹ ਸਾਰੇ ਉੱਠ ਕੇ ਖੜ ਗਿਆ ਉਹਨਾਂ ਨੇ ਕਿਹਾ ਵੀ ਤੂੰ ਹੀ ਉੱਠ ਕੇ ਭਾਈ ਖੜ ਗਿਆ ਤੁਹਾਨੂੰ ਕਿਹਾ ਸੀ ਮਾਰੇ ਜੂਰੀ ਖਾਣਾ ਨਹੀਂਗਾ ਹੂੰ ਉਹਨਾਂ ਨੇ ਕਿਹਾ ਸੰਤ ਜੀ ਪਰ ਉਹਦਾ ਕੰਮ ਹੀ ਹੁੰਦਾ ਹੈ ਜੀ ਵੀ ਜਿਹੜੇ ਇਹੋ ਜਿਹੇ ਲੋਕ ਆਪਾਂ ਨੂੰ ਕਹਿੰਦੇ ਆ ਜਿਵੇਂ ਤੁਹਾਡੀ ਦਾੜੀ ਇਦਾਂ ਆ ਇਦਾਂ ਆ ਇਹ ਪਸ਼ੂ ਦੇ ਬਰਾਬਰ ਆ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਚਲੋ ਦੇਖੋ ਗੱਲ ਸੁਣੋ ਵੀਰ ਜੀ ਅਗਰ ਕਿਸੇ ਬੰਦੇ ਦੀ ਅਗਿਆਨਤਾ ਵਾਸ ਅਗਰ ਕੋਈ ਕਿਸੇ ਨੂੰ ਕੋਈ ਗੱਲ ਕਹਿ ਰਿਹਾ ਤੇ ਉਹ ਉਹਨੂੰ ਸਮਝਾਣ ਦੀ ਲੋੜ ਹੈ ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਇੱਕ ਵਾਰ ਲਿਖਿਆ ਹੈ ਕਹਿੰਦੇ ਕਿ ਮੈਂ ਗੱਡੀ ਦੇ ਵਿੱਚ ਬੈਠਾ ਸੀ ਤੇ ਮੇਰੇ ਨਾਲ ਇੱਕ ਸੱਜਣ ਬੈਠੇ ਤੇ ਉਧਰੋਂ ਦੋ ਸਿੰਘ ਚੜੇ ਜਿਹੜੇ ਕਿ ਵਿਚਾਰੇ ਖੇਤਾਂ 'ਚੋਂ ਕੰਮ ਕਰਕੇ ਆਏ ਸੀ ਵਸਤਰ ਵੀ ਉਹਨਾਂ ਦੇ ਮੈਲੇ ਸੀ ਤੇ ਪਾਣੀ ਵੀ ਚੋਰਿਆ ਸੀ ਤੇ ਕਰਨਬਰ ਉਹਨਾਂ ਦੀ ਦਾੜੇ ਸੀ ਤੇ ਉਸ ਬੰਦੇ ਨੇ ਨਾਲ ਦੇ ਨੇ ਬੜਾ ਨਖਮੂ ਚੜਾਇਆ ਜੈਂਟਲਮੈਨ ਸੀ ਤੇ ਉਹਦੇ ਬਾਅਦ ਕਰਮ ਸਿੰਘ ਕਹਿਣ ਲੱਗੇ ਕਿ ਮੈਂ ਉਹਨੂੰ ਸਿੱਖ ਇਤਿਹਾਸ ਦੱਸਿਆ ਕਿਸ ਤਰੀਕੇ ਨਾਲ ਇਹਨਾਂ ਨੇ ਅਫਦਾਲੀ ਦੇ ਕੋਲੋਂ ਸੈਂਕੜੇ ਹਜ਼ਾਰਾਂ ਦੀ ਤਾਦਾਦ ਵਿੱਚ ਲੜਕੀਆਂ ਛੜਾ ਕੇ ਮਹਾਰਾਸ਼ਟra ਪਹਚਾਈਆਂ ਜਦੋਂ ਉਹਨੂੰ ਇਤਿਹਾਸ ਤੇ ਚਾਰ ਪੰਜ ਇਨਸੀਡੈਂਟ ਦੱਸੇ ਤਾਂ ਕਰਮ ਸਿੰਘ ਹਿਸਟੋਰੀਅਨ ਕਹਿੰਦੇ ਜਦੋਂ ਉਹ ਸਰਦਾਰ ਉਤਰਨ ਲੱਗੇ ਤੇ ਉਹੀ ਜਿਹੜੇ ਨਾਲ ਸੱਜਣ ਸੀ ਕਹਿੰਦੇ ਸਰਦਾਰ ਜੀ ਜ਼ਰਾ ਸੰਭਲ ਕੇ ਸੋ ਇਹ ਦੇਖੋ ਗੱਲ ਇਹ ਹੈ ਕਿ ਇਹ ਜ਼ਰੂਰੀ ਨਹੀਂ ਕਿ ਅਸੀਂ ਕੋਈ ਗਲਤ ਲਫ਼ਜ਼ ਦਾ ਜਵਾਬ ਗਲਤ ਤਰੀਕੇ ਨਾਲ ਦੇ ਕੇ ਕਦੀ ਵੀ ਉਸ ਚੀਜ਼ ਨੂੰ ਦੂਰ ਨਹੀਂ ਕਰ ਸਕਾਂਗੇ ਸਾਡਾ ਵੀ ਫਰਜ਼ ਹੈ ਉਹ ਗੁਰੂ ਦੇ ਮਹਾਨ ਪਰਉਪਕਾਰ ਉਸ ਗੁਰੂ ਦੇ ਮਹਾਨ ਕੀਤੇ ਹੋਏ ਕਾਰਜ ਨੂੰ ਜਿਹੜਾ ਅਸੀਂ ਸਾਂਝਾ ਕਰੀਏ ਅਸੀਂ ਆਪਣੇ ਤੱਕ ਸਿਮੇਟ ਕੇ ਨਾ ਰੱਖੀਏ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਂ ਭਾਈ ਸਾਨੂੰ ਕਹਿਣ ਲੱਗਾ ਸੀ ਜੇ ਟੀਵੀ ਸੌਣਦੇ ਹੋਣ ਵੀ ਉਹਨਾਂ ਨੂੰ ਸਮਝਾਉਣਾ ਪਹਿਲਾਂ ਜੀ ਬਸ ਬਸ ਇਹੀ ਹਾਂਜੀ ਮਿਹਰ ਗਿਆਨੀ ਕੋ ਗਿਆਨੀ ਕਰੇ ਗਿਆਨ ਦੀ ਬਾਤ ਹਾਂਜੀ ਹਾਂਜੀ ਬਿਲਕੁਲ ਦੇਖੋ ਜੀ ਹਾਂਜੀ ਤਾਂ ਉਹਨਾਂ ਨੂੰ ਲਾ ਨਹੀਂ ਲਾਪੇ ਹੁੰਦੇ ਨਾਲ ਹਾਂਜੀ ਹਾਂਜੀ ਬਿਲਕੁਲ ਵਿਚਾਰ ਕਿੱਥੋਂ ਮਿਲਣਗੇ ਬਿਲਕੁਲ ਬਹੁਤ ਅੱਛੇ ਵਿਚਾਰ ਹੈ ਤੁਹਾਡੇ ਔਰ ਇਸ ਨੂੰ ਸਮਝਣ ਦੀ ਲੋੜ ਹੈ ਧੰਨਵਾਦ ਤੁਹਾਡਾ ਥੈਂਕ ਯੂ ਹੈਲੋ 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 ਹਲੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭੈਣ ਜੀ ਦੱਸੋ ਕੋਲ ਲੰਬਾ ਜੀ ਮੈਂ ਤੁਹਾਨੂੰ ਕੁਐਸਚਨ ਹੈ ਤੁਹਾਡੇ ਨਾਲ ਤੁਸੀਂ ਪ੍ਰੋਫੈਸਰ ਸਾਹਿਬ ਦੀ ਮੂਵੀ ਕੱਟ ਕੱਟ ਕੇ ਕਿਉਂ ਵਿਖਾਈ ਤੁਸੀਂ ਪੂਰੀ ਕਿਉਂ ਨਹੀਂ ਵਿਖਾਈ ਸਾਨੂੰ ਮੈਂ ਤੁਹਾਨੂੰ ਬਿਲਕੁਲ ਸਪਸ਼ਟ ਕਰਦੇ ਹਾਂ ਕਿ ਜਦੋਂ ਵੀ ਟੀਵੀ ਦੇ ਵਿੱਚ ਕੋਈ ਚੀਜ਼ ਹੁੰਦਾ ਹੈ 4 ਘੰਟੇ ਦਾ ਲੈਕਚਰ ਹੁੰਦਾ ਹੈ ਤੇ ਰੈਲੇਵੈਂਟ ਪੋਰਸ਼ਨ ਜ਼ਰੂਰ ਦਿਖਾਇਆ ਜਾਂਦਾ ਹੈ ਉਦੇ ਵਿੱਚ ਮੇਨ ਇਹ ਹੈ ਕਿ ਉਹਦੇ ਉਹਨਾਂ ਦੇ ਕੋਈ ਐਸਾ ਲਫ਼ਜ਼ ਨਹੀਂ ਜਿਹੜਾ ਉਹਨਾਂ ਨੇ ਨਾ ਕਿਹਾ ਹੋਵੇ ਤੇ ਦਿਖਾਇਆ ਹੋਵੇ ਉਹਨਾਂ ਨੇ ਜਿਹੜੇ ਲਫ਼ਜ਼ ਬੋਲੇ ਐ ਉਹ ਦਿਖਾਏ ਐ ਬਾਅਦ ਦੇ ਪ੍ਰੋਗਰਾਮ ਵਿੱਚ ਆ ਕੇ ਉਹਨਾਂ ਨੇ ਮੰਨਿਆ ਹਾਂ ਇਹ ਲਫ਼ਜ਼ ਮੇਰੇ ਐ ਅਖਬਾਰਾਂ ਵਿੱਚ ਵੀ ਮੰਨਿਆ ਸੋ ਇਸ ਕਰਕੇ ਉਹਦੇ ਵਿੱਚ ਕੋਈ ਗਲਤ ਗੱਲ ਨਹੀਂ ਐ ਤੇ ਜਿਹੜੀ ਪੂਰੀ ਅਗਰ ਕਿਧਰੇ ਵੀ ਹੋਏਗੀ ਅਗਰ ਕੋ ਦੇਖਣਾ ਚਾਹੇ ਉਹ ਵੈਬਸਾਈਟ ਤੇ ਉਹਦੇ ਵਿੱਚ ਕੋਈ ਦਿੱਕਤ ਨਹੀਂ ਧੰਨਵਾਦ ਤੁਹਾਡਾ ਥੈਂਕ ਯੂ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ ਠੀਕ ਹੈ ਕੌਣ ਬੋਲ ਰਹੀ ਜੀ ਮੈਂ ਜੀ ਨਿਰੰਦਰ ਸਿੰਘ ਵਾਂਗੜ ਤੋਂ ਬੋਲ ਰਾਣੀ ਯੂਐਸ ਦੀ ਟੈਕਸ ਤੋਂ ਹਾਂ ਜੀ ਵਾਂਗੜ ਸਾਹਿਬ ਦੱਸੋ ਹੁਕਮ ਕਰੋ ਜੀ ਬਸ ਗੱਲਬਾਤ ਕਰਨੀ ਸੀ ਇਹੀ ਕਹਿਣਾ ਸੀਗਾ ਜੀ ਜੋ ਅੱਜ ਗੁਰੂ ਸਾਹਿਬ ਦਾ ਸ਼ਹੀਦੀ ਦਿਨ ਆ ਵੀ ਉਹਦੇ ਬਾਰੇ ਹੀ ਗੱਲ ਕੀਤੀ ਜਾਂਦੀ ਹੈ ਨਾ ਵੀ ਫालतू ਗੱਲਾਂ ਜਿਹੜੀਆਂ ਹੋਰ ਕਰਦੇ ਨੇ ਲੋਕ ਹਾਂਜੀ ਹਾਂਜੀ ਨਹੀਂ ਫालतू ਨਾ ਕਹੋ ਚਲੋ ਜਿਹਦੇ ਭਾਵਨਾ ਹੈ ਮਨ ਦੀ ਕੋਈ ਗੱਲ ਨਹੀਂ ਕੋਈ ਸ਼ੰਕਾਗਰ ਹੈਗਾ ਜ਼ਰੂਰ ਕੋਈ ਅਰਚ ਨੇਗਾ ਜੀ ਫालतू ਨਹੀਂ ਜਿਹੜਾ ਕਹਿੰਦੇ ਵੀ ਉਹੀ ਹੈ ਵੀ ਗੁਰੂ ਸਾਹਿਬ ਦਾ ਸ਼ਹੀਦੀ ਦਿਨ ਆ ਵੀ ਉਹੀ ਉਹਨਾਂ ਦੇ ਬਾਰੇ ਗੱਲ ਕੀਤੀ ਜਾਵੇ ਬਹੁਤ ਵਧੀਆ ਗੱਲ ਹੈ ਜੀ ਜੀ ਠੀਕ ਹੈ ਭਾਈ ਸਾਹਿਬ ਬਹੁਤ ਅੱਛੇ ਵਿਚਾਰ ਆਪਦੇ ਧੰਨਵਾਦ ਤੁਹਾਡਾ ਥੈਂਕ ਯੂ ਹੈਲੋ 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 ਹਾਂਜੀ ਹਾਂਜੀ ਕੌਣ ਬੋਲ ਰਹੀ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਜੀ ਮੈਂ ਕਾਬਲ ਸਿੰਘ ਬਟਾਲਾ ਬੋਲਦਾ ਜੀ ਹਾਂਜੀ ਕਾਬਲ ਸਿੰਘ ਜੀ ਜੀ ਆਇਆਂ ਨੂੰ ਸੋ ਮੈਂ ਪ੍ਰੋਗਰਾਮ ਸੁਣਦਿਆ ਸੀ ਬੜਾ ਚੰਗਾ ਕਿ ਤੁਸੀਂ ਸਮੇਂ ਸਮੇਂ ਸਿਰ ਪ੍ਰੋਗਰਾਮ 'ਤੇ ਆਉਂਦੇ ਹੋ ਚੰਗੇ ਲੱਗਦੇ ਨੇ ਜੀ ਜੀ ਤੇ ਗੱਲ ਚੱਲਦੀ ਹੈਗੀ ਗੁਰੂ ਸਾਹਿਬ ਦੀ ਕਿ ਉਹਨਾਂ ਨੇ ਕੁਰਬਾਨੀ ਦਿੱਤੀ ਜੀ ਇਸ ਦੀ ਗੱਲ ਚੱਲਦੀ ਹੈ ਦੁਨੀਆ ਤੇ کہیں ਕੋਈ ਵਾਇਲੇਸ਼ਨ ਨਹੀਂ ਹੋਣ ਦੇਣੀ ਜੀ 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 ਤੁਸੀਂ ਪਹਿਲਾਂ ਵੀ ਦੱਸਿਆ ਗੁਰੂ ਸਾਹਿਬ ਨੇ ਸਾਰੇ ਸਾਨੂੰ ਕਨਸੈਪਟ ਦਿੱਤੇ ਰੈੱਡ ਕਰਾਸ ਦਾ ਦਿੱਤਾ ਭਾਈਕ ਨੇ ਯਈਆ ਵਾਲਾ ਗੁਰੂ ਗੋਬਿੰਦ ਸਿੰਘ ਜੀ ਨੇ ਹਾਂਜੀ 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 ਤੇ ਜਿਹੜੇ ਦਿੱਤੇ ਉਹ ਅਸੀਂ ਆਪ ਨਹੀਂ ਸਾਬ ਸਿਰ ਦੁਨੀਆ ਨੂੰ ਲੈ ਕੇ ਅੱਗੇ ਚਲੀ ਗਈ ਹਾਂਜੀ ਹਾਂਜੀ ਇਹ ਦਿਨ ਮਨਾਉਣੇ ਤਾਂ ਉਹੀ ਹੈ ਨਾ ਵੀ ਜਿਨ੍ਹਾਂ ਦੇ ਦਿਨ ਮਨਾਉਂਦੇ ਹੋ ਉਹਨਾਂ ਦੀ ਬਾਤ ਵੀ ਜਾਣੋ ਦਿਨ ਕਿ ਦਿਨ ਮਨਾਤੇ ਉਹਨਾਂ ਦੀ ਬਾਤ ਵੀ ਮਾਨੋ ਹਾਂਜੀ 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 ਮਨੁੱਖਾਂ ਤੇ ਫਰਜ਼ ਹੀ ਬਣਦਾ ਕਿ ਤਾਂ ਹੀ ਇਹ ਮਨਾਏ ਦਿਨ ਫਾਇਦਾ ਕਿ ਅਸੀਂ ਇੱਥੇ ਬੈਠੇ ਉਹ ਤੋਂ ਸੇਧ ਲੈ ਕੇ ਸਾਡੇ ਵਿੱਚ ਫਰਕ ਕੀ ਹੋਵੇ ਹਾਂਜੀ ਦੁਨੀਆ ਨੂੰ ਅਜੇ ਤੱਕ ਅਸੀਂ ਨਹੀਂ ਦੱਸ ਸਕੇ ਜਿਹੜੇ ਬੜੇ ਵਿਚਾਰੇ ਮੇਰੇ ਵੀਰ ਸਲਾਮਾ ਵੀ ਜਿੰਦੇ ਨੇ ਸਾਰੇ ਕਰਦੇ ਨੇ ਕਿ ਭਾਈ ਆਹ ਹੋਣਾ ਚਾਹੀਦਾ ਉਹ ਹੁਣ ਚਾਹੀਦਾ ਸਾਨੂੰ ਖੁਦ ਆਪ ਜਿਵੇਂ ਮੇਰੀ ਚੋਕ ਕੇ ਹਰ ਜਗ੍ਹਾ ਤੇ ਜਿੱਥੇ ਬੈਠੇ ਆਂ ਜੀ ਸਾਨੂੰ ਇੱਕ ਪ੍ਰਚਾਰ ਦਾ ਸਾਧਨ ਬਣਨਾ ਚਾਹੀਦਾ ਜੀ ਇਦੋਂ ਅਸੀਂ ਆਪਣੀ ਗੁਰੂਗ੍ਰੰਥ ਸਾਹਿਬ ਦੇ ਕੇਸਿਸ ਕੋਰਟਾਂ 'ਚ ਲੈ ਕੇ ਜਾਂਦੇ ਆ ਤੇ ਉਦੋਂ ਅਸੀਂ ਕਿਹੜੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦਿੰਦੇ ਆ ਬਿਲਕੁਲ ਬਿਲਕੁਲ ਠੀਕ ਇਹ ਸਾਡੀ ਸ਼ੁੱਥਿੰਗ ਜਿੱਥੇ ਵੀ ਸੂਜੇ ਕਰਿਆ ਕਰਦੇ ਆ ਸਾਡੇ ਜਨਾਂ ਨੂੰ ਮੈਂ ਅਪੀਲ ਕਰਦਾ ਮੈਂ ਵਿਚਰਿਆ ਕਾਫੀ ਕਮਿਊਨਿਟੀ 'ਚ ਮੈਂ ਪੰਜਾਬੀ ਦੇ ਨਾਲ ਵੀ ਫੀਲਡ ਦੇ ਵਿੱਚ ਹੈਗਾ ਜੀ ਜਿਹੜੇ ਜਿਨ੍ਹਾਂ ਦੇ ਉੱਤੇ ਮੈਸੇਜ ਅਰਦਾਹ ਜਿਹੜੀਆਂ ਗੁਰੂ ਸਾਹਿਬ ਉੱਥੇ ਹੀ ਖੁਸ਼ ਹੋਣਗੇ ਜੇ ਤੁਸੀਂ ਇਹ ਚੀਜ਼ਾਂ ਦੇ ਉੱਤੇ ਧਿਆਨ ਦੇ ਕੇ ਜਿਹੜੇ ਹਿੰਦੁਸਤਾਨ ਦੇ ਵਿੱਚ ਅਸਾਨੂੰ ਕਿਹਾ ਜਾਂਦਾ ਕਿ ਅਸੀਂ ਹੱਦਵਾਦੀ ਆ ਅਸੀਂ ਕਿੰਨਾ ਸਾਨੂੰ ਗਲਤ ਕਿਹਾ ਜਾਂਦਾ ਅਸੀਂ ਤਾਂ ਬ ਪਰ ਜਦੋਂ ਸਰ ਦਾ ਰੈਕર્ડ ਬਣਦਾ ਜਾ ਕੇ ਪੂਰੇ ਯੂ ਐਸ اے ਦੀ ਕੋਡ ਦਿਓ ਹਾਂ ਭਾਈ ਸਾਹਿਬ ਹੁਣ ਸਾਨੂੰ ਤੁਹਾਡੇ ਵਿਚਾਰ ਸਾਨੂੰ ਪਹੁੰਚ ਗਏ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਸੋ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਤੇ ਜਿਹੜੀ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਇਸ ਪ੍ਰੋਗਰਾਮ ਦਾ ਮਕਸਦ ਇਹ ਸੀ ਕਿ ਗੁਰੂ ਸਾਹਿਬ ਨੇ ਉਹਨਾ ਮਹਾਨ ਅਸੂਲਾਂ ਦੀ ਖਾਤਰ ਉਹ ਜਿਹੜਾ ਇੱਕ ਬਹੁਤ ਵੱਡਾ ਅਸੂਲ ਹੈ ਧਰਮ ਦੀ ਆਜ਼ਾਦੀ ਦਾ ਅਸੂਲ ਜੋ ਹੈ ਹਰ ਕਿਸੇ ਨੂੰ ਆਪਣੇ ਧਰਮ ਦੀ ਆਜ਼ਾਦੀ ਦਾ ਹੱਕ ਹੈ ਭਾਵੇਂ ਉਹ ਕੋਈ ਵੀ ਹੈ ਉਹ ਉਸ ਦਾ ਹੱਕ ਹੈ ਕਿ ਉਸ ਦੇ ਮਤਾਬਕ ਆਪਣਾ ਜੀਵਨ ਜੀ ਸਕੇ ਸਾਡਾ ਆਪਣਾ ਵੀ ਹੱਕ ਹੈ ਜਿਹੜਾ ਸਾਨੂੰ ਅੱਜ ਮਿਲ ਨਹੀਂ ਰਿਹਾ ਸਾਨੂੰ ਦੁਨੀਆ ਦੇ ਕਿਸੇ ਖਿੱਤੇ ਵਿੱਚ ਵੀ ਉਹ ਅੱਜ ਹੱਕ ਹਾਸਲ ਨਹੀਂ ਕਿ ਅਸੀਂ ਆਪਣੇ ਮਾਨ ਨਾਲ ਆਪਣੇ ਉਸ ਦੇ ਬਾਰੇ ਜੀ ਸਕੀਏ ਸਾਨੂੰ ਉਹ ਕਾਨੂੰਨੀ ਹੱਕ ਉਹ ਧਾਰਮਿਕ ਹੱਕ ਔਰ ਉਹ ਸਾਨੂੰ ਸਭਿਆਚਾਰਕ ਹੱਕ ਚਾਹੀਦਾ ਹੈ ਔਰ ਅਸੀਂ ਦੂਸਰੇ ਦੇ ਹੱਕ ਦੀ ਲੜਾਈ ਜ਼ਰੂਰ ਲੜਨੀ ਹੈ ਪਰ ਇਹ ਜ਼ਰੂਰ ਕੋਸ਼ਿਸ਼ ਕਰਨੀ ਹੈ ਪਹਿਲਾਂ ਉਹਨਾਂ ਹੱਕਾਂ ਨੂੰ ਸਮਝੀਏ ਅਸੀਂ ਆਪਣੇ ਆਕਰ ਤੋਂ ਗੱਲ ਸ਼ੁਰੂ ਕਰੀਏ ਅਸੀਂ ਆਪਣੇ ਹਕੂਕ ਦੀ ਖਾਤਰ ਲੋਕਾਂ ਚੇਤਨਤਾ ਪੈਦਾ ਕਰੀਏ ਔਰ ਗੁਰਤੇਗ ਬਹਾਦਰ ਸਾਹਿਬ ਨੇ ਉਹ ਜਿਹੀ ਮਹਾਨ ਸ਼ਹਾਦਤ ਦਿੱਤੀ ਉਸ ਨੂੰ ਜਗਤ ਵਿੱਚ ਪ੍ਰਗਟ ਕਰੀਏ ਗੁਰਤੇਗ ਬਹਾਦਰ ਸਾਹਿਬ ਦੇ ਉਹ ਨਵੇਂ ਮਹੱਲੇ ਦੇ ਸ਼ਲੋਕ ਜੋ ਹਨ ਉਹ ਇੱਕ ਐਸਾ ਸ਼ਾਹਕਾਰ ਹੈ ਕਿ ਅਗਰ ਉਹ ਵੀ ਅਸੀਂ ਦੁਨੀਆ ਨੂੰ ਦੱਸ ਸਕੀਏ ਤਾਂ ਉਹ ਇੱਕ ਬਹੁਤ ਵੱਡਾ ਪ੍ਰੇਰਣਾ ਸਰੋਤ ਹੈ ਜਿਹੜਾ ਗੁਰੂ ਦੇ ਨਾਲ ਜੋੜਨ ਲਈ ਗੁਰੂ ਦੇ ਨਾਮ ਸ਼ਰਧਾ ਪੈਦਾ ਕਰਨ ਲਈ ਗੁਰੂ ਨਾਲ ਸਤਿਕਾਰ ਪੈਦਾ ਕਰਨ ਲਈ ਕਾਫੀ ਹੈ ਸੋ ਇਹ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਇਸ ਦੇ ਬਾਰੇ ਤੁਸੀਂ ਆਪਣੇ ਵਿਚਾਰ ਜ਼ਰੂਰ ਸਾਨੂੰ ਲਿਖ ਕੇ ਭੇਜਣਾ ਅਗਲੇ ਮੰਗਲਵਾਰ ਨੂੰ 8:30 ਵਜੇ ਈਸਟਰਨ ਟਾਈਮ ਅਸੀਂ ਫਿਰ ਹਾਜ਼ਰ ਹੋਵਾਂਗੇ ਤੁਸੀਂ ਸਾਨੂੰ ਆਪਣੇ ਵਿਚਾਰ ਈਮੇਲ ਕਰ ਸਕਦੇ ਹੋ info@justpunjabi.com ਜਾਂ lambda@justpunjabi.com ਦੇ ਉੱਤੇ ਸਾਨੂੰ ਤੁਹਾਡੇ ਵਿਚਾਰਾਂ ਦਾ ਸਾਨੂੰ ਤੁਹਾਡੇ ਸੁਝਾਵਾਂ ਦਾ ਇੰਤਜ਼ਾਰ ਹੋਏਗਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ